ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਨਿਸ਼ਕਾਮ ਕਰਮ ਯੋਗ, ਮਨੁੱਖ ਵਿੱਚ ਜੋ ਕਿਰਿਆ ਸ਼ਕਤੀ ਦਾ ਜ਼ੋਰ ਹੈ ਜਾਂ ਉਸਦੀ ਕੰਮ ਕਰਨ ਵਿੱਚ ਜੋ ਆਸ਼ਕਤੀ ਹੈ, ਉਸ ਨੂੰ ਮਿਟਾਉਣ ਦੇ ਲਈ ਹੀ ਕਰਮਾਂ ਦਾ ਵਿਧਾਨ ਹੈ। ਜੋ ਇਹ ਸਮਝਦਾ ਹੈ ਕਿ ਮੈਨੂੰ ਕਰਮ ਨਾਲ ਕੋਈ ਲੈਣਾ ਦੇਣਾ ਨਹੀਂ, ਤਾਂ ਮੈਂ ਕਰਮ ਕਿਉਂ ਕਰਾਂ, ਉਹ ਵੀ ਕਰਮ ਨੂੰ ਠੀਕ ਤਰ੍ਹਾਂ ਨਹੀਂ ਕਰ ਸਕਦਾ, ਉਹ ਆਲਸੀ ਬਣ ਜਾਂਦਾ ਹੈ। ਅਤੇ ਜੋ ਫਲ ਲੋਭ ਨਾਲ ਕੰਮ ਕਰਦਾ ਹੈ, ਉਸ ਦਾ ਨਿਸ਼ਾਨਾ ਵੀ ਕਰਮ ਦੀ ਸੁੰਦਰਤਾ 'ਤੇ ਨਹੀਂ ਹੈ। ਇਸ ਲਈ ਉਹ ਵੀ ਕਰਨ ਜੋ ਕਰਮ ਨੂੰ ਠੀਕ ਠੀਕ ਪੂਰਾ ਨਹੀਂ ਕਰ ਸਕਦਾ। ਕਰਮ ਨੂੰ ਪੂਰੀ ਤਰ੍ਹਾਂ ਉਹੀ ਕਰ ਸਕਦਾ ਹੈ ਜਿਸ ਦੇ ਮਨ ਵਿੱਚ ਫਲ ਦਾ ਲੋਭ ਨਹੀਂ ਹੈ, ਅਤੇ ਜੋ ਦੂਸਰੇ ਦੇ ਹਿੱਤ ਲਈ ਆਪਣਾ ਤਨ ਮਨ ਧਨ ਲਾ ਦਿੰਦਾ ਹੈ। ਜਿਉਂਦਾ ਵੀ ਉਹੀ ਹੈ ਜੋ ਜਿਉਂਦਾ ਹੈ ਦੂਸਰਿਆਂ ਲਈ। ਇਸ ਲਈ ਨਿਸ਼ਕਾਮ ਕਰਮ ਹੀ ਸਾਡੀ ਲੌਕਿਕ ਅਤੇ ਪਰਲੌਕਿਕ ਤਰੱਕੀ ਦਾ ਸਾਧਨ ਹੈ। ਇਸ ਲੋਕ ਵਿੱਚ ਆ ਚਾਹੇ ਪਰਲੋਕ 'ਚ ਆ, ਵੀ ਜਦ ਤੱਕ ਸਰੀਰ ਆ ਉੱਤੇ ਕਰਨਾ ਤਾਂ ਪਵੇਗਾ ਹੀ। ਕਰਮ ਬੰਧਨ ਦਾ ਨਾਸ ਕਰਨ ਦਾ ਇੱਕ ਹੀ ਉਪਾਅ ਉਹਨਾਂ ਦੇ ਫਲ ਦਾ ਨਾਸ ਹੈ। ਇਸ ਲਈ ਕਰਤੱਵ ਕਰਮ ਨੂੰ ਉਸਦਾ ਫਲ ਚਾਹੇ ਬਿਨਾਂ ਹੀ ਕਰੇ, ਅਤੇ ਉਸਦੇ ਫਲ ਨਾਲ ਆਪਣੀ ਕੀਮਤ ਜ਼ਿਆਦਾ ਸਮਝੇ, ਅਤੇ ਉਸਦੇ ਬਦਲੇ ਆਪਣੇ ਆਪ ਨੂੰ ਵੇਚੇ ਨਾ। ਕਰਮ ਯੋਗ ਦਾ ਅਰਥ ਤਾਂ ਇਹੀ ਹੈ ਕਿ ਫਰਜ਼ ਦਾ ਪਾਲਣ ਕਰੇ ਅਤੇ ਫਲ ਭਗਵਾਨ ਨੂੰ ਅਰਪਣ ਕਰੇ। ਮਨੁੱਖ ਕਰਮ ਕਰਨ ਵਿੱਚ ਤਾਂ ਸੁਤੰਤਰ ਹੈ, ਪਰ ਉਹਨਾਂ ਦੇ ਫਲ ਭੋਗਣ ਵਿੱਚ ਸੁਤੰਤਰ ਨਹੀਂ। ਫਲ ਦੇਣਾ ਭਗਵਾਨ ਦੇ ਅਧੀਨ ਹੈ। ਉਹ ਜਿਸ ਕਰਮ ਦਾ ਜੋ ਵੀ ਫਲ ਅਤੇ ਜਿਸ ਤਰ੍ਹਾਂ ਵੀ ਦੇਣਾ ਚਾਹੇ ਦੇ ਸਕਦੇ ਹਨ। ਜੀਵਨ ਦੇ ਅੰਤਮ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ ਪਹਿਲੀ ਪੌੜੀ ਹੈ ਨਿਸ਼ਕਾਮ ਕਰਮ। ਇਸ ਨਾਲ ਚਿੱਤ ਸ਼ੁੱਧ ਹੁੰਦਾ ਹੈ ਅਤੇ ਭੇਦਭਾਵ ਮਿਟਦਾ ਹੈ, ਆਪਣੇ ਬੇਗਾਨੇ ਦਾ ਭਾਵ ਖਤਮ ਹੋ ਜਾਂਦਾ ਹੈ, ਅਤੇ ਸ਼ੁੱਧ ਅਦਵੈਤ ਭਾਵਨਾ ਪੈਦਾ ਹੁੰਦੀ ਹੈ। ਸ਼ੁੱਧ ਫਿਰ ਅਦਵੈਤ ਏਕਤਾਲੀ ਭਾਵਨਾ ਪੈਦਾ ਹੋ ਜਾਂਦੀ ਹੈ। ਆਤਮ ਭਾਵ ਰੱਖਣ ਵਾਲਾ ਮੁਕਤ ਪੁਰਸ਼ ਵਿਸ਼ਵ ਦੀ ਸੇਵਾ ਤੋਂ ਭਲਾ ਕਿਵੇਂ ਬੇਮੁੱਖ ਹੋ ਸਕਦਾ ਹੈ? ਕਿਉਂਕਿ ਜਦੋਂ ਸਮਝਦਾ ਵੀ ਸਾਰਿਆਂ 'ਚ ਆਤਮਾ ਆ, ਉਹ ਫਿਰ ਸਭ ਦਾ ਭਲਾ ਸੋਚੇਗਾ। ਇਸ ਨਾਲ ਜੀਵ ਮਾਤਰ ਦੀ ਏਕਤਾ ਮਹਿਸੂਸ ਹੋਣ ਲੱਗਦੀ ਹੈ। ਉਦਾਰ ਦ੍ਰਿਸ਼ਟੀ ਦੇ ਨਾਲ ਹਿਰਦਾ ਵੀ ਉਦਾਰ ਹੋਵੇਗਾ। ਆਤਮ ਭਾਵ ਪੂਰਵਕ ਮਨੁੱਖ ਦੀ ਨਿਸਵਾਰਥ ਸੇਵਾ ਹੀ ਚਿੱਤ ਸ਼ੁੱਧੀ ਦਾ ਸਾਧਨ ਹੈ। ਜਿਹੜੀ ਸਵਾਰਥ ਰੱਖ ਕੇ ਕੀਤੀ ਜਾਂਦੀ, ਉਹ ਤਾਂ ਫਿਰ ਸੌਦੇਗਿਰੀ ਹਨ, ਅਤੇ ਨਿਰਸਵਾਰਥ ਕੋਈ ਆਪਣਾ ਨਹੀਂ ਵੀ ਮੇਰਾ ਹੋਵੇ, ਉਹ ਸਿਰਫ ਦੂਏ ਦੇ ਭਲੇ ਲਈ ਕਰਦਾ ਹੈ, ਅਤੇ ਬ੍ਰਹਮ ਸਾਖਿਆਤਕਾਰ ਦਾ ਇੱਕ ਮਾਤਰ ਸਾਧਨ ਹੈ। ਇਹ ਫਿਰ ਰੱਬ ਨੂੰ ਪ੍ਰਤੱਖ ਕਰਨ ਦਾ ਸਾਧਨ ਹੈ। ਨਿਸਵਾਰਥ ਕਰਮ ਮਾਨਵ ਸੇਵਾ ਬੀਜ ਹੈ। ਨਾਰਾਇਣ ਭਾਵ ਅਰਥਾਤ ਸੇਵਾ ਦੇ ਸਮੇਂ ਇਹ ਭਾਵ ਰੱਖਣਾ ਕਿ ਮੈਂ ਜੋ ਵੀ ਪ੍ਰਾਣੀ ਦਿਖਦਾ ਹੈ, ਉਹ ਨਾਰਾਇਣ ਦਾ ਹੀ ਪ੍ਰਤੀਰੂਪ ਹੈ, ਵੀ ਉਹਦਾ ਪਰਮੇਸ਼ਰ ਦਾ ਰੂਪ ਹੈ। ਮੇਰਾ ਪ੍ਰਾਣੀਆਂ ਵਿੱਚ ਪ੍ਰਭੂ ਦੀ ਸੇਵਾ ਕਰ ਰਿਹਾ ਹਾਂ। ਇੱਕ ਇਹ ਜੜ ਹੈ, ਉਤਸ਼ਾਹ ਵਰਖਾ ਹੈ, ਅਤੇ ਹਿਰਦੇ ਦੀ ਵਿਸ਼ਾਲਤਾ ਫੁੱਲ ਹੈ। ਚਿੱਤ ਸ਼ੁੱਧ ਫਲ ਹੈ। ਇਹ ਹੈ ਕਰਮ ਯੋਗ ਦਾ ਮਾਰਗ। ਫਲ ਇੱਛਤ ਕਰਮ ਕਰਨ ਨਾਲ ਦੁੱਖ ਅਤੇ ਨਿਸਫਲ ਕਰਮ ਨਾਲ ਸੁੱਖ ਪ੍ਰਾਪਤ ਹੁੰਦਾ ਹੈ। ਹੁਣ ਇੱਕ ਪ੍ਰਸ਼ਨ ਇਹ ਹੈ ਕਿ ਭਗਵਾਨ ਨੇ ਗੀਤਾ ਵਿੱਚ ਕਿਹਾ ਹੈ ਕਿ ਪ੍ਰਾਣੀਆਂ ਦੇ ਹਿਰਦੇ ਵਿੱਚ ਸਥਿਤ ਪਰਮੇਸ਼ਰ ਉਹਨਾਂ ਨੂੰ
ਚੱਕ 'ਤੇ ਚੜ੍ਹੇ ਹੋਏ ਘੜੇ ਵਾਂਗ ਘੁੰਮਾਉਂਦਾ ਹੈ, ਭਾਵ ਉਹਨਾਂ ਤੋਂ ਜਿਵੇਂ ਚਾਹੇ ਕੰਮ ਕਰਵਾਉਂਦਾ ਹੈ, ਤਾਂ ਫਿਰ ਉਹਨਾਂ ਦਾ ਫਲ ਪ੍ਰਾਣੀਆਂ ਨੂੰ ਕਿਉਂ ਭੋਗਣਾ ਪੈਂਦਾ ਹੈ? ਇਸ ਦਾ ਉੱਤਰ ਇਹ ਹੈ ਕਿ ਕਿਰਿਆ ਅਤੇ ਕਰਮ ਵਿੱਚ ਬੜਾ ਫਰਕ ਹੈ। ਜਿਸ ਵਿੱਚ ਕੋਈ ਕਰਤਾ ਨਹੀਂ ਹੁੰਦਾ, ਜੋ ਕੀਤਾ ਨਹੀਂ ਜਾਂਦਾ ਅਤੇ ਆਪਣੇ ਆਪ ਹੁੰਦਾ ਹੈ, ਜਿਵੇਂ ਸਵਾਸ ਦਾ ਆਉਣਾ ਜਾਣਾ, ਉਹ ਤਾਂ ਕਿਰਿਆ ਹੈ। ਅਤੇ ਜੋ ਕਰਤਾਪਨ ਦੇ ਭਾਵ ਨਾਲ ਰਾਗ ਦਵੈ ਸਹਿਤ ਕੀਤਾ ਜਾਂਦਾ ਹੈ, ਉਹ ਕਰਮ ਹੈ। ਇਸ ਲਈ ਜਿਸ ਦਾ ਸੱਚਮੁੱਚ ਇਹ ਭਾਵ ਹੈ ਕਿ ਜੋ ਕੁਝ ਇਹ ਹੋ ਰਿਹਾ ਹੈ ਉਹ ਈਸ਼ਵਰ ਸ਼ਕਤੀ ਅਤੇ ਪ੍ਰੇਰਣਾ ਨਾਲ ਹੋ ਰਿਹਾ ਹੈ, ਮੇਰਾ ਇਸ ਵਿੱਚ ਕੋਈ ਸੰਬੰਧ ਨਹੀਂ, ਇਸ ਭਾਵ ਨਾਲ ਜੋ ਆਪਣੇ ਆਪ ਨੂੰ ਬਿਲਕੁਲ ਅਸੰਗ ਸਮਝਦਾ ਹੈ, ਨਾ ਤਾਂ ਉਹ ਇਸ ਕਰਮ ਦਾ ਕਰਤਾ ਬਣਦਾ ਹੈ ਅਤੇ ਨਾ ਹੀ ਉਸ ਵਿੱਚ ਆਸਕਤ ਹੁੰਦਾ ਹੈ। ਉਹ ਅਜਿਹੇ ਕਰਮ ਦਾ ਭੋਗਤਾ ਵੀ ਨਹੀਂ ਹੁੰਦਾ, ਕਿਉਂਕਿ ਉਸ ਦੇ ਵੱਲੋਂ ਹੋਣ ਵਾਲਾ ਕਰਮ ਅਸਲ ਵਿੱਚ ਕਰਮ ਨਹੀਂ, ਉਹ ਤਾਂ ਕਿਰਿਆ ਮਾਤਰ ਹੈ। ਇਸ ਲਈ ਉਸ ਦਾ ਕੋਈ ਫਲ ਨਹੀਂ ਬਣਦਾ। ਪਰ ਜੋ ਮਨੁੱਖ ਖੁਦ ਕਿਸੇ ਕਰਮ ਦਾ ਕਰਤਾ ਬਣ ਕੇ ਉਸ ਨੂੰ ਆਸ਼ਕਤੀ ਸਹਿਤ ਕਿਸੇ ਤਰ੍ਹਾਂ ਦੀ ਫਲ ਕਾਮਨਾ ਨਾਲ ਕਰਦਾ ਹੈ, ਉਹ ਉਸ ਕਰਮ ਦਾ ਕਰਤਾ ਹੁੰਦਾ ਹੈ ਅਤੇ ਉਸ ਨੂੰ ਉਸ ਕਰਮ ਦਾ ਫਲ ਜ਼ਰੂਰ ਭੋਗਣਾ ਪਵੇਗਾ, ਕਿਉਂਕਿ ਜੋ ਕਰਦਾ ਹੈ ਉਹੀ ਭੋਗਦਾ ਹੈ। ਇਸ ਲਈ ਕਰਮ ਯੋਗ ਦੀ ਵਿਧੀ ਨਾਲ ਕੀਤਾ ਹੋਇਆ ਕਰਮ ਅੰਤਕਰਨ ਨੂੰ ਸ਼ੁੱਧ ਕਰਨ ਵਾਲਾ ਅਤੇ ਮੁਕਤੀ ਦਿਵਾਉਣ ਵਾਲਾ ਜਾਂ ਕਰਮ ਬੰਧਨ ਤੋਂ ਛੁਡਾਉਣ ਵਾਲਾ ਹੈ। ਅਤੇ ਕਿਸੇ ਵਿਧੀ ਨਾਲ ਕੀਤਾ ਹੋਇਆ ਕਰਮ ਅੰਤਕਰਨ ਨੂੰ ਮਲੀਨ ਕਰਨ ਵਾਲਾ ਅਤੇ ਮਨੁੱਖ ਨੂੰ ਬੰਧਨ ਵਿੱਚ ਪਾਉਣ ਵਾਲਾ ਹੈ। ਕਰਮ ਕਰਨ ਦੀ ਕਿਸੇ ਵਿਸ਼ੇਸ਼ ਤਰ੍ਹਾਂ ਯੋਗਤੀ ਜਾਂ ਵਿਧੀ ਦਾ ਨਾਮ ਹੀ ਕਰਮ ਯੋਗ ਹੈ। ਜਿਹੜਾ ਕੋਈ ਵਿਧੀ ਨਾਲ ਕੀਤਾ ਜਾਂਦਾ ਉਹੀ ਕਰਮ ਯੋਗ ਹੈ। ਇਹ ਯੋਗਤੀ ਹੈ ਕਿ ਸਿੱਧੀ ਅਤੇ ਅਸਿੱਧੀ ਦੋਨਾਂ ਵਿੱਚ ਸਮਾਨਤਾ ਭਾਵ ਸੰਬੁੱਧੀ ਰੱਖਣਾ ਹੀ ਯੋਗ ਹੈ। ਇਸ ਲਈ ਕਰਮ ਦੀ ਸਫਲਤਾ ਅਸਫਲਤਾ ਵਿੱਚ ਇੱਕ ਸਮਾਨ ਰਹਿਣ ਵਾਲੇ ਨੂੰ ਉਸ ਕਰਮ ਦਾ ਪੁੰਨ ਪਾਪ ਨਹੀਂ ਲੱਗਦਾ। ਇਸ ਲਈ ਗੀਤਾ ਦੇ ਅਨੁਸਾਰ ਕਰਤਾਪਨ ਭਾਵ ਤੋਂ ਰਹਿਤ ਹੋ ਕੇ, ਨਿਰਾਸਕਤ ਹੋ ਕੇ, ਚਿੱਤ ਤੋਂ ਫਰਜ ਜਾਣ ਕੇ, ਫਲ ਦੀ ਆਸ ਦੇ ਬਿਨਾਂ ਸੰਬੁੱਧੀ ਦੇ ਨਾਲ ਕਰਮ ਕਰਨਾ ਹੀ ਕਰਮ ਯੋਗ ਹੈ। ਪਰ ਇਸ ਵਿਧੀ ਨੂੰ ਛੱਡ ਕੇ ਜੋ ਕਰਮਾਂ ਦੇ ਫਲ ਦੇ ਪਿੱਛੇ ਪਿੱਛੇ ਦੌੜਦੇ ਹਨ, ਉਹਨਾਂ ਦੀ ਬੁੱਧੀ ਨਾ ਧਿਆਨ ਵਿੱਚ ਟਿਕਦੀ ਹੈ ਅਤੇ ਨਾ ਹੀ ਸਥਿਰ ਹੁੰਦੀ ਹੈ। ਇਸ ਲਈ ਭਗਵਾਨ ਕ੍ਰਿਸ਼ਨ ਅਰਜਨ ਨੂੰ ਆਪਣੇ 2:48 ਵਿੱਚ ਕਹਿੰਦੇ ਹਨ ਕਿ ਇਹ ਅਰਜਨ ਆਸਕਤੀ ਨੂੰ ਤਿਆਗ ਕੇ ਅਤੇ ਸਿੱਧੀ ਅਸਿੱਧੀ ਨੂੰ ਇੱਕ ਸਮਾਨ ਮੰਨ ਕੇ ਯੋਗ ਵਿੱਚ ਸਥਿਤ ਹੋ ਕੇ ਕਰਮ ਕਰ, ਕਿਉਂ ਕਰਮ ਦੀ ਸਿੱਧੀ ਅਸਿੱਧੀ ਵਿੱਚ ਸਮਤਾ ਹੀ ਯੋਗ ਹੈ, ਜਿਹੜੀ ਸਮਾਨ ਬਿਰਤੀ ਹੋਣੀ ਆ। ਹਾਂਜੀ, ਬੁਰੇ ਭਲੇ ਤੋਂ ਉੱਪਰ ਉੱਠਣਾ, ਗੀਤਾ ਇਸੇ ਨਿਸ਼ਕਾਮ ਕਰਮ ਅਤੇ ਅੰਦਰੂਨੀ ਬੇਕਰਮ ਦਸ਼ਾ ਨੂੰ ਸੰਨਿਆਸ ਅਤੇ ਤਿਆਗ ਵੀ ਮੰਨਦੀ ਹੈ। ਸਿਰਫ ਕਰਮਾਂ ਦੇ ਤਿਆਗਣ ਵਾਲੇ ਨੂੰ ਗੀਤਾ ਤਿਆਗੀ ਜਾਂ ਸੰਨਿਆਸੀ ਨਹੀਂ ਮੰਨਦੀ। ਕਰਮ ਫਲ ਦਾ ਸਹਾਰਾ ਨਾ ਲੈ ਕੇ ਕਰਨੇ ਜੋ ਕਰਮ ਜੋ ਕਰਦਾ ਹੈ ਉਹੀ ਸੰਨਿਆਸੀ ਹੈ, ਉਹੀ ਤਿਆਗੀ ਹੈ ਅਤੇ ਉਹੀ ਯੋਗੀ ਹੈ, ਨਾ ਕਿ ਕਰਮਾਂ ਦਾ ਤਿਆਗ ਕਰਨ ਵਾਲਾ। ਕਿਉਂਕਿ ਫਲ ਆਸ ਨੂੰ ਤਿਆਗ ਕੀਤੇ ਬਿਨਾਂ ਕੋਈ ਵੀ ਸੱਚਾ ਕਰਮ ਯੋਗੀ ਨਹੀਂ ਹੁੰਦਾ। ਕਰਮ ਤਿਆਗੀ ਸੰਨਿਆਸੀ ਨਹੀਂ, ਸਗੋਂ ਕਰਮਾਂ ਦੇ ਫਲ ਦਾ ਤਿਆਗ ਕਰਨ ਵਾਲਾ ਹੀ ਸੱਚਾ ਸੰਨਿਆਸੀ ਹੈ। ਇਸ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ
ਕਿ ਕਰਮ ਸੰਨਿਆਸ, ਕਿ ਕਰਮ ਸੰਨਿਆਸ ਕਰਮਾਂ ਦਾ ਤਿਆਗ ਅਤੇ ਕਰਮ ਯੋਗ ਕਰਮਾਂ ਦੇ ਫਲ ਦਾ ਤਿਆਗ ਦੋਵੇਂ ਹੀ ਮੁਕਤੀ ਦਿਵਾਉਣ ਵਾਲੇ ਹਨ, ਪਰ ਦੋਨਾਂ ਵਿੱਚੋਂ ਕਰਮ ਯੋਗ ਚੰਗਾ ਹੈ ਕਿਉਂਕਿ ਕਰਮ ਯੋਗ ਤੋਂ ਬਿਨਾਂ ਅੰਤਹਿਕਰਨ ਨਿਰਮਲ ਅਤੇ ਸ਼ੁੱਧ ਨਹੀਂ ਹੁੰਦਾ ਹੈ। ਅੰਤਹਿਕਰਨ ਦੀ ਸ਼ੁੱਧੀ ਦੇ ਬਿਨਾਂ ਚਿੱਤ ਸਥਿਰ ਨਹੀਂ ਹੁੰਦਾ ਹੈ ਅਤੇ ਕਰਮ ਅਤੀਤ ਅਵਸਥਾ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਕਰਮ ਯੋਗ ਸੰਨਿਆਸ ਯੋਗ ਤੋਂ ਚੰਗਾ ਹੈ। ਇਸ ਨਾਲ ਮਨੁੱਖ ਕਰਮ ਕਰਦਾ ਹੋਇਆ ਵੀ ਉਸ ਦੇ ਪੁੰਨ ਪਾਪ ਤੋਂ ਅਲਿਪਤ ਰਹਿੰਦਾ ਹੈ, ਇਸ ਲਈ ਉਹ ਮੁਕਤੀ ਦਾ ਕਾਰਨ ਹੁੰਦਾ ਹੈ। ਮਨ ਦੀ ਅਕਰਮ ਜਾਂ ਅਕਾਮ ਦਸ਼ਾ ਵਿੱਚ ਸਰੀਰ ਤਾਂ ਬਾਹਰ ਤੋਂ ਕੰਮ ਕਰਦਾ ਹੈ, ਪਰ ਅੰਦਰ ਤੋਂ ਮਨ ਸਵਾਰਥ ਬੁੱਧੀ ਦੇ ਕਾਰਨ, ਕਾਮਨਾ ਅਤੇ ਕਰਤਾਪਨ ਹੋਣ ਦੇ ਭਾਵ ਤੋਂ ਰਹਿਤ ਹੋਣ ਦੇ ਕਾਰਨ ਨਿਸ਼ਕਾਮ ਹੁੰਦਾ ਹੈ। ਇਹ ਦੇਖਣ ਵਿੱਚ ਹੀ ਕਰਮ ਹੈ ਪਰ ਅਸਲ ਵਿੱਚ ਅਕਰਮ ਹੈ। ਇਹ ਭੇਦ ਜਾਣਨਾ ਹੀ ਕਰਮ ਅਕਰਮ ਦੇ ਭੇਦ ਨੂੰ ਜਾਣਨਾ ਹੈ। ਐਸਾ ਪੁਰਖ ਕਰਦਾ ਹੋਇਆ ਵੀ ਕੁਝ ਨਹੀਂ ਕਰਦਾ, ਉਹ ਅਸਲ ਵਿੱਚ ਅਕਰਤਾ ਹੀ ਹੁੰਦਾ ਹੈ। ਉਹ ਤਾਂ ਸਿਰਫ ਸਰੀਰ ਨਾਲ ਹੀ ਕਰਮ ਕਰਦਾ ਹੈ, ਮਨ ਨਾਲ ਨਹੀਂ। ਮਲੀਨ ਜਾਂ ਅਸ਼ੁੱਧ ਹੰਕਾਰ ਨਾਲ ਹੀ ਮਨੁੱਖ ਕਰਮਾਂ ਦਾ ਕਰਤਾ ਬਣਦਾ ਹੈ ਅਤੇ ਬੰਧਨ ਵਿੱਚ ਪੈਂਦਾ ਹੈ, ਪਰ ਸ਼ੁੱਧ ਹੰਕਾਰ ਨਾਲ ਇਹ ਆਪਣੇ ਆਪ ਨੂੰ ਕਰਮਾਂ ਦਾ ਕਰਤਾ ਨਹੀਂ ਮੰਨਦਾ ਅਤੇ ਮੁਕਤੀ ਪ੍ਰਾਪਤ ਕਰਦਾ ਹੈ। ਕਰਮ ਤਿਆਗੀ ਤਾਂ ਜੀਵਨ ਨਿਰਵਾਹ ਵੀ ਨਹੀਂ ਕਰ ਸਕਦਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ, ਕਰਮ ਨਾ ਕਰਨ ਨਾਲ ਮਨੁੱਖ ਨਿਸ਼ਕਰਮੀ ਨਹੀਂ ਬਣ ਸਕਦਾ, ਪਰ ਨਿਸ਼ਕਾਮ ਭਾਵ ਨਾਲ ਕਰਮ ਕਰਨ ਨਾਲ ਹੀ ਨਿਸ਼ਕਰਮੀ ਬਣ ਸਕਦਾ ਹੈ। ਜਿਸ ਨੇ ਕਰਮ ਛੱਡ ਦਿੱਤਾ ਉਹ ਮੂਰਖ ਹੈ, ਪਾਪੀ ਆ ਦੇ ਝੂਠਾ, ਦਰਿਦਰੀ ਆ ਪੂਰਾ, ਤਿਆਗੀ ਨਹੀਂ। ਇਹੀ ਤਾਂ ਗੰਢ ਬੰਨਣ ਵਾਲੇ ਦੀ ਗੱਲ ਹੈ। ਚੰਗੇ ਕਰਮ ਪਰਮਾਤਮਾ ਨੂੰ ਅਰਪਣ ਕਰ ਦੇਵੇ, ਇਸ ਨਾਲ ਮਨੁੱਖ ਪਰਮਾਤਮਾ ਵਿੱਚ ਸਮਾ ਜਾਂਦਾ ਹੈ। ਕਰਮ ਦੇ ਬਿਨਾਂ ਗਿਆਨ ਅਤੇ ਭਗਤੀ ਅਧੂਰੇ ਹਨ। ਭਗਵਾਨ ਸਾਫ਼ ਕਹਿੰਦੇ ਹਨ ਕਿ ਇਹ ਅਰਜਨ ਕਰਮ ਸੰਨਿਆਸ ਨਾਲੋਂ ਕਰਮ ਯੋਗ ਹਰ ਹਾਲਤ ਵਿੱਚ ਚੰਗਾ ਹੈ। ਭਗਵਾਨ ਤਾਂ ਕਰਮਾਂ ਦੇ ਫਲ ਦਾ ਤਿਆਗਣ ਦਾ ਉਪਦੇਸ਼ ਦਿੰਦੇ ਹਨ, ਨਾ ਕਿ ਕਰਮ ਤਿਆਗਣ ਦਾ। ਭਗਵਾਨ ਦੇ ਬੰਦਿਆਂ ਦਾ ਸੇਵਕ ਹੀ ਸੱਚਾ ਸੇਵਕ ਹੈ। ਕਰਮ ਯੋਗੀ ਕਰਮ ਰਾਹੀਂ ਭਗਤੀ ਕਰਦਾ ਹੈ। ਨਕਲੀ ਸੰਧਿਆ ਜਾਂ ਨਵਾਜ਼ ਅਸਲੀ ਸੰਧਿਆ ਤੋਂ ਵੱਧ ਚੜ੍ਹ ਕੇ ਹੈ। ਕਰਮ ਯੋਗੀ ਸਭ ਤੋਂ ਉੱਤਮ ਭਗਤ ਹੈ, ਇਸ ਲਈ ਕਰਮ ਨਾਲ ਭਗਵਾਨ ਦੀ ਪੂਜਾ ਕਰੇ। ਖਾਲੀ ਮਾਲਾ ਅਤੇ ਸਿਮਰਨ ਨਾਲ ਨਹੀਂ, ਆਪਣੇ ਫਰਜ਼ ਦਾ ਪਾਲਣ ਹੀ ਭਗਵਾਨ ਦੀ ਸੱਚੀ ਪੂਜਾ ਹੈ। ਇਸ ਲਈ ਭਗਵਾਨ ਅਰਜਨ ਨੂੰ ਕਹਿੰਦੇ ਹਨ ਕਿ ਤੂੰ ਕਰਮ ਯੋਗੀ ਬਣ। ਕਰਮ ਦਾ ਸੰਦੇਸ਼ ਹੀ ਗੀਤਾ ਦਾ ਅਸਲੀ ਅਤੇ ਕੇਂਦਰੀ ਉਪਦੇਸ਼ ਹੈ। ਊਚ ਨੀਚ ਕੰਮ ਦੀ ਕਿਸਮ 'ਤੇ ਨਹੀਂ, ਸਗੋਂ ਕੰਮ ਕਰਨ ਵਾਲੇ ਦੀ ਨੀਅਤ 'ਤੇ ਹੀ ਨਿਰਭਰ ਹੈ। ਜੇਕਰ ਸ਼ੂਦਰ ਆਪਣੇ ਕੰਮ ਨੂੰ ਨੇਕ ਨੀਅਤ ਨਾਲ ਕਰਦਾ ਹੈ ਤਾਂ ਉਹ ਬ੍ਰਾਹਮਣ ਤੋਂ ਵੀ, ਕਿਉਂਕਿ ਗੱਲ ਇਹ ਹੈ ਵੀ ਇੱਕ ਬ੍ਰਾਹਮਣ ਆਲਸੀ ਬਣਿਆ ਬੈਠਾ ਜਿਹਨੂੰ ਸ਼ੂਦਰ ਕਹਿੰਦੇ ਆ, ਜਿਹੜੀ ਉਹਨੂੰ ਸੇਵਾ ਦਿੱਤੀ ਉਹਨੂੰ ਪੂਰੀ ਲਗਨ ਨਾਲ ਨਿਭਾਉਂਦਾ, ਕਹਿੰਦੇ ਉਹ ਬ੍ਰਾਹਮਣ ਤੋਂ ਚੰਗਾ ਹੈ ਜੋ ਆਪਣਾ ਫਰਜ਼ ਨਹੀਂ ਨਿਭਾਉਂਦਾ। ਹਾਂਜੀ, ਕਿਉਂਕਿ ਕਹਾਉਂਦਾ ਤਾਂ ਬ੍ਰਾਹਮਣ ਹੈ, ਫਰਜ਼ ਨਿਭਾਉਂਦਾ ਨਹੀਂ, ਸ਼ੂਦਰ ਫਰਜ਼ ਨਿਭਾ ਰਿਹਾ ਉਹ ਤੋਂ ਚੰਗਾ ਹੈ। ਸ਼ੇਖ ਸ਼ਾਦੀ ਜੀ ਕਹਿੰਦੇ ਹਨ, ਜੇਕਰ ਤੇਰਾ ਦਿਨ ਹਰ ਘੜੀ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਤਾਂ ਤੂੰ ਇਕਾਂਤ ਵਿੱਚ ਰਹਿੰਦੇ ਹੋਏ ਵੀ ਆਪਣੇ ਅੰਦਰ ਸਫਾਈ ਅਤੇ ਪਵਿੱਤਰਤਾ ਨਹੀਂ ਦੇਖੇਗਾ, ਪਰ ਜੇਕਰ ਤਾਨ ਪਦਾਰਥ ਮਾਣ ਆਦਿ ਹੁੰਦੇ ਹੋਏ ਵੀ
ਤੇਰਾ ਦਿਲ ਈਸ਼ਵਰ ਦੇ ਨਾਲ ਜੁੜਿਆ ਹੋਇਆ ਹੈ ਤਾਂ ਸਮਝੋ ਕਿ ਤੁਸੀਂ ਦੁਨੀਆਦਾਰ ਹੁੰਦੇ ਹੋਏ ਵੀ ਸੰਨਿਆਸੀ ਅਤੇ ਤਿਆਗੀ ਹੋ। ਧਨ ਦੌਲਤ ਵੀ ਹੋਵੇ, ਕਾਰੋਬਾਰ ਵੀ ਹੋਵੇ, ਇਸਤਰੀ ਬੱਚੇ ਵੀ ਹੋਣ, ਪਰ ਇਹਨਾਂ ਨਾਲ ਲਗਾਓ ਨਾ ਹੋਵੇ, ਉਹਨਾਂ ਦੇ ਮੋਹ ਤੋਂ ਆਜ਼ਾਦ ਹੋਵੇ, ਦਿਲ ਵਿੱਚ ਉਹਨਾਂ ਦਾ ਮੋਹ ਅਤੇ ਆਸਕਤੀ ਨਾ ਹੋਵੇ, ਮਨੁੱਖ ਉਹਨਾਂ ਨੂੰ ਆਪਣਾ ਨਾ ਸਮਝ ਬੈਠੇ, ਸਗੋਂ ਭਗਵਾਨ ਦੀ ਅਮਾਨਤ ਜਾਣ ਕੇ ਆਪਣੇ ਫਰਜ਼ ਦਾ ਪਾਲਣ ਕਰਦਾ ਜਾਵੇ, ਇਹੀ ਸੱਚਾ ਸੰਨਿਆਸ ਅਤੇ ਤਿਆਗ ਹੈ, ਇਹੀ ਸੱਚਾ ਕਰਮ ਯੋਗ ਹੈ। ਫਾਰਸੀ ਦੇ ਪ੍ਰਸਿੱਧ ਕਵੀ ਹਾਫਿਜ਼ ਕਹਿੰਦੇ ਹਨ, ਉਹ ਹਾਫਿਜ਼ ਤੁਹਾਡੀ ਪ੍ਰਾਰਥਨਾ ਖਤਮ ਹੋ ਜਾਂਦੀ ਹੈ ਜਾਂ ਤੁਸੀਂ ਆਪਣੀ ਪ੍ਰਾਰਥਨਾ ਖਤਮ ਕਰ ਚੁੱਕੇ। ਇਹ ਪਤਾ ਕਰਨਾ ਜਾਂ ਜਾਣਨਾ ਤੁਹਾਡਾ ਕੰਮ ਨਹੀਂ ਕਿ ਤੁਹਾਡੀ ਪ੍ਰਾਰਥਨਾ ਸੁਣੀ ਗਈ ਹੈ ਕਿ ਨਹੀਂ। ਭਗਤ ਕਬੀਰ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਗ੍ਰਹਿ ਮੈਂ ਹੋ ਰਹੇ ਉਦਾਸ ਨਿਰਮੋਹ, ਉਦਾਸ ਮੈਨੂੰ ਨਿਰਮੋਹ ਕਹੋ ਕਬੀਰ ਹਮ ਤਾਂ ਕਿ ਉਦਾਸ, ਸਾਧੂ ਐਸਾ ਚਾਹੀਏ ਜੋ ਦੁੱਖ ਦੁਖਾਵੇ ਨਾਹੀਂ, ਫੂਲ ਪਾਤ ਤੋੜੇ ਨਹੀਂ ਰਹੇ ਬਗੀਚੇ ਮਾਹੀਂ। ਬਗੀਚੇ ਜਿਹੜੇ ਬੈਠਾ ਸੁਗੰਧੀ ਲੈ ਰਿਹਾ, ਫੁੱਲ ਪੱਤੇ ਤੋੜਦਾ ਨਹੀਂ, ਸੰਸਾਰ 'ਚ ਰਹਿੰਦਾ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਭਜਨ ਕਰਦਾ ਹੈ। ਜੋ ਆਪਣੇ ਲਈ ਕੰਮ ਨਹੀਂ ਕਰਦਾ, ਕਰਮ ਉਸਦੇ ਲਈ ਬੰਧਨ ਦਾ ਕਾਰਨ ਨਹੀਂ ਰਹਿੰਦਾ। ਘਰ ਵਿੱਚ ਰਹਿ ਕੇ ਸਾਧਨ ਕਰਨ ਵਾਲਾ ਸੰਸਾਰ ਨੂੰ ਤਿਆਗ ਕੇ ਸਾਧਨ ਕਰਨ ਵਾਲੇ ਨਾਲੋਂ ਉੱਚਾ ਦਰਜਾ ਰੱਖਦਾ ਹੈ। ਕਹਿੰਦੇ ਹਨ, ਬਣ ਜਾ ਕੇ ਅਗਰ ਤੂੰ ਨੇ ਜਹਾਂ ਕੋ ਛੋੜਾ, ਕਿਆ ਕਾਮ ਕੀਆ ਕੌਣ ਸਾ ਤਾਰਾ ਤੋੜਾ, ਕਾਮ ਉਸਕਾ ਹੈ ਸੰਗਰਾਮ ਮੈਂ ਰਹਿ ਕਰ, ਜਿਸ ਨੇ ਮਨ ਜੀਤ ਲਿਆ ਆਰਾਮ ਸੇ ਨਾਤਾ ਜੋੜਾ। ਕਿਉਂਕਿ ਭਜਨ ਕਰਦਿਆਂ ਸੰਗ 'ਚ ਰਹਿੰਦੇ ਜਿਸ ਨੇ ਮਾਲਕ ਨਾਲ ਨਾਤਾ ਜੋੜ ਲਿਆ, ਹੁਣ ਇਕੱਲਾ ਬੈਠਾ ਹੈ ਕਿਤੇ ਜਾ ਕੇ, ਮਨ 'ਚ ਫੁਰਨੇ ਗੰਦੇ ਆਉਂਦੇ ਕੀ ਫਾਇਦਾ, ਅਤੇ ਸੰਗ 'ਚ ਰਹਿ ਕੇ ਜਦੋਂ ਸੇਵਾ ਕਰਦਾ ਸਿਮਰਨ ਕਰਦਾ ਫਿਰ ਮਨ 'ਤੇ ਬੰਦਾ ਜਿੱਤ ਪ੍ਰਾਪਤ ਕਰਦਾ ਹੈ। ਕਮਲ ਦਾ ਫੁੱਲ ਜਲ ਵਿੱਚ ਰਹਿੰਦਾ ਹੈ ਪਰ ਜਲ ਉਸ ਨੂੰ ਭਿਉਂ ਨਹੀਂ ਸਕਦਾ। ਤਿਆਗ ਦੇ ਯੋਗ ਸੰਸਾਰ ਨਹੀਂ ਬਲਕਿ ਬਾਸ਼ਨਾ ਹੈ। ਜੇ ਬਾਸ਼ਨਾ ਨਹੀਂ ਛੱਡੀਆਂ ਤਾਂ ਫਿਰ ਤਾਂ ਕੁਛ ਵੀ ਨਾ ਕੀਤਾ। ਤਿਆਗ ਦੇ ਯੋਗ ਭੋਗ ਨਹੀਂ ਸਗੋਂ ਉਹਨਾਂ ਦੀ ਅਸਕਤੀ ਹੈ। ਤਿਆਗ ਦੇ ਯੋਗ ਕਰਮ ਨਹੀਂ ਸਗੋਂ ਤਿਆਗ ਦੇ ਯੋਗ ਹੈ ਆਪਣੇ ਲਈ ਕਰਮ ਕਰਨਾ। ਕਿੰਨਾ ਚੰਗਾ ਕਿਹਾ ਹੈ, ਬਰਕ ਲਾਈ ਏ ਹੋਰਸ ਐਂਡ ਈਟ ਲਾਈ ਕੇ ਹਰਮਿਟ। ਇਹਦਾ ਅਰਥ ਕੀ ਹੈ, ਘੋੜੇ ਦੀ ਤਰ੍ਹਾਂ ਕੰਮ ਕਰੋ ਅਤੇ ਸਾਧੂ ਦੀ ਤਰ੍ਹਾਂ ਰੁੱਖਾ ਮਿੱਸਾ ਭੋਜਨ ਖਾਓ। ਇਸ ਲਈ ਜਿਵੇਂ ਜਿਹੜਾ ਖੋਤਾ ਆ ਰੁੱਖਾ ਮਿੱਸਾ ਖਾ ਕੇ ਕਿੰਨਾ ਕੰਮ ਕਰਦਾ ਹੈ, ਇਸ ਤਰ੍ਹਾਂ ਇਸ ਲਈ ਸੰਸਾਰ 'ਚ ਰਹਿੰਦਾ ਹੋਇਆ ਵੀ ਮਨੁੱਖ ਸੰਸਾਰ ਦਾ ਨਾਂ ਹੋ ਕੇ ਰਹੇ, ਇਸ ਵਿੱਚ ਦਿਲ ਨਾ ਲਗਾਵੇ, ਹੋਵੇ ਰਾਜਾ ਹਾਂਜੀ ਪਰ ਫਕੀਰ ਹੋਵੇ। ਕਹਿੰਦੇ ਹਨ, ਸੌਦਾਗਰੀ ਨਹੀਂ ਕਰ, ਇਹ ਵਾਦਤ ਖੁਦਾ ਕੀ ਹੈ, ਹੈ ਬੇਖਬਰ ਜਜਾ ਫਲ ਕੀ ਤਮੰਨਾ ਇੱਛਾ ਵੀ ਛੋੜ ਦੇ। ਜੂੰ ਜਲ ਪੀਤਰ ਕਮਲ ਰਹੇ ਜਲ ਮੈਂ ਡੁੱਬੇ ਨਾਹੀਂ, ਗਿਆਨੀ ਜਗ ਮੈਂ ਰਹਿਤ ਵੀ ਲਿਪਤ ਮਾਨ ਹੋ ਨਾਹੀਂ, ਤੁਲਸੀ ਜਲ ਮੈਂ ਜੂੰ ਰਹੇ ਜਿਉਂ ਰਸਨਾ ਮੁੱਖ ਮਾਹੀ। ਜਿਵੇਂ ਕਹਿੰਦੇ ਮੂੰਹ 'ਚ ਜ਼ਬਾਨ ਰਹਿੰਦੀ ਹੈ ਨਾ, ਖਾੜੀ ਖਾਤੀ ਘੀ ਤੇਲ ਨੇ, ਰੋਜ਼ ਘਿਓ ਤੇਲ ਖਾਂਦੀ ਹੈ ਫਿਰ ਵੀ ਚੀਕਣੀ ਨਾ, ਫਿਰ ਵੀ ਕਹਿੰਦੇ ਚੀਕਣੀ ਨਹੀਂ ਹੁੰਦੀ। ਇਸ ਤਰ੍ਹਾਂ ਹੀ ਆ ਮਹਾਤਮਾ ਬੋਧੀ ਜੀ ਕਹਿੰਦੇ ਹਨ, ਜਿਵੇਂ ਸ਼ਹਿਦ ਦੀ ਮੱਖੀ ਫੁੱਲ ਦਾ ਰਸ ਇਕੱਠਾ ਕਰਦੀ ਹੈ ਅਤੇ ਫੁੱਲ ਜਾਂ ਫੁੱਲ ਦੀ ਸੁਗੰਧੀ ਨੂੰ ਬਿਨਾਂ ਨੁਕਸਾਨ ਪਹੁੰਚਾਏ ਉੱਡ ਜਾਂਦੀ ਹੈ, ਇਸ ਤਰ੍ਹਾਂ ਸਾਧੂ ਆਪਣੇ ਪਿੰਡ ਵਿੱਚ ਰਹੇ ਸਿਰਫ ਕਰਮ ਅਤੇ ਸਿਰਫ ਗਿਆਨ ਕੰਮ ਦਾ ਨਹੀਂ, ਗਿਆਨ ਅਤੇ ਕਰਮ ਦਾ ਮਿਲਾਪ ਹੀ ਮੁਕਤੀ ਦਾ ਠੀਕ ਮਾਰਗ ਹੈ। ਇਸ ਮਾਰਗ 'ਤੇ ਚੱਲਣ ਵਾਲੇ ਉੱਪਰ ਦੇ ਗ੍ਰਸਤੀਆਂ ਦੀ ਤਰ੍ਹਾਂ ਪ੍ਰਤੀਤ ਹੁੰਦੇ ਆ ਪਰ ਅਸਲ ਵਿੱਚ ਉਹ
ਸੱਚੇ ਸੰਨਿਆਸੀ ਅਤੇ ਤਿਆਗੀ ਹੁੰਦੇ ਹਨ। ਕੁਝ ਵੀ ਕੋਲ ਨਾ ਰਹਿਣ ਤੇ ਮੁਕਤੀ ਨਹੀਂ ਮਿਲਦੀ। ਸਭ ਕੁਝ ਕੋਲ ਹੋਣ ਤੇ ਵੀ ਬੰਧਨ ਨਹੀਂ ਹੁੰਦਾ। ਜੋਗੀ ਤਾਂ ਉਹੀ ਹੈ ਜੋ ਅੰਨਾ ਵੀ ਹੋਵੇ ਅਤੇ ਨਾ ਵੀ ਹੋਵੇ, ਭਾਵ ਜੋ ਲੋਕ ਵਿਵਹਾਰ ਦੀ ਦ੍ਰਿਸ਼ਟੀ ਵਿੱਚ ਤਾਂ ਦੇਖਦਾ ਸੁਣਦਾ ਆਦਿ ਸਭ ਕੁਝ ਹੈ, ਪਰ ਆਤਮਾ ਦ੍ਰਿਸ਼ਟੀ ਨਾਲ ਕੁਝ ਵੀ ਨਹੀਂ ਕਰਦਾ। ਆਪਣੇ ਫਰਜ਼ ਦਾ ਨੇਕ ਨੀਤੀ ਨਾਲ ਪਾਲਣ ਕਰੇ ਪਰ ਫਲ 'ਤੇ ਆਖ ਨਾ ਰੱਖੇ, ਇਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਸਿੱਖਿਆ ਦਾ ਸਾਰ ਹੈ। ਮਨੁੱਖ ਨੂੰ ਕਰਮ ਕਰਨ ਦਾ ਅਧਿਕਾਰ ਹੈ ਪਰ ਉਸਦੇ ਫਲ 'ਤੇ ਉਸਦਾ ਕੋਈ ਅਧਿਕਾਰ ਨਹੀਂ। ਜਿਵੇਂ ਕੋਈ ਵਿਦਿਆਰਥੀ ਦਿਨ ਰਾਤ ਮਿਹਨਤ ਕਰਦਾ ਹੈ, ਉਸਦਾ ਕੁਦਰਤੀ ਨਤੀਜਾ ਇਹ ਨਿਕਲਦਾ ਹੈ ਕਿ ਉਹ ਪਾਸ ਹੋ ਜਾਵੇ, ਜੋ ਕਿ ਉਸਦਾ ਕਰਮ ਫਲ ਹੈ। ਪਰ ਜੇਕਰ ਬਾਲਕ ਇਹ ਸੋਚੇ ਕਿ ਕਿਉਂਕਿ ਮੈਂ ਮਿਹਨਤ ਕਰ ਰਿਹਾ ਹਾਂ ਇਸ ਲਈ ਜ਼ਰੂਰ ਪਾਸ ਹੋ ਜਾਊਂਗਾ, ਤਾਂ ਉਸਦੇ ਬਸ ਤੋਂ ਬਾਹਰ ਹੈ, ਕਿਉਂਕਿ ਹੋ ਸਕਦਾ ਹੈ ਕਿ ਉਸ ਦੀ ਤਿਆਰੀ ਠੀਕ ਢੰਗ ਨਾਲ ਨਾ ਹੋਵੇ। ਹੋ ਸਕਦਾ ਹੈ ਉਹ ਅਜਿਹੀਆਂ ਚੀਜ਼ਾਂ ਪੜ੍ਹ ਰਿਹਾ ਹੋਵੇ ਜੋ ਪ੍ਰੀਖਿਆ ਵਿੱਚ ਆਉਣ ਹੀ ਨਾ, ਜਾਂ ਉਹ ਪ੍ਰੀਖਿਆ ਦੇ ਦਿਨਾਂ ਵਿੱਚ ਬਿਮਾਰ ਹੋ ਜਾਵੇ। ਇਸ ਲਈ ਮਨੁੱਖ ਕਰਮ ਕਰੇ ਪਰ ਫਲ ਪ੍ਰਭੂ 'ਤੇ ਛੱਡ ਦੇਵੇ। ਚੱਲਣਾ ਸਾਡਾ ਕੰਮ ਹੈ, ਮੰਜ਼ਲ 'ਤੇ ਪਹੁੰਚਾਉਣਾ ਭਗਵਾਨ ਦੇ ਹੱਥ ਵਿੱਚ ਹੈ। ਕਰਮ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਉਹ ਜਿਨ੍ਹਾਂ ਦੇ ਕਰਨ ਨਾਲ ਮਨੁੱਖ ਦਾ ਆਪਣਾ ਸਵਾਰਥ ਹੁੰਦਾ ਹੈ, ਆਪਣੇ ਮਤਲਬ ਲਈ ਕਰਦੇ ਨਾ, ਇਹ ਕਰਮ ਫਲ ਇੱਛਤ ਕਰਮ ਹਨ, ਫਲ ਦੀ ਇੱਛਾ ਵਾਲੇ। ਇਸ ਵਿੱਚ ਸਵਾਰਥ ਤਾਂ ਪੂਰਾ ਹੋ ਜਾਂਦਾ ਹੈ ਪਰ ਇਸਦਾ ਫਲ ਭੋਗਣ ਲਈ ਜਨਮ ਲੈਣਾ ਪੈਂਦਾ ਹੈ। ਜਿਸ ਕਰਮ ਦੇ ਫਲ ਨੂੰ ਭਗਵਾਨ 'ਤੇ ਛੱਡ ਦੇਈਏ ਅਤੇ ਬੇਗਰਜ਼ ਸਵਾਰਥ ਤੋਂ ਰਹਿਤ ਕੀਤਾ ਜਾਵੇ, ਇਸ ਨੂੰ ਹਾਂਜੀ ਨਿਸ਼ਫਲ ਕਰਮ ਕਹਿੰਦੇ ਹਨ। ਫਲ ਦੀ ਇੱਛਾ ਨਹੀਂ, ਇਸਦਾ ਫਲ ਭੋਗਣ ਦੇ ਲਈ ਜਨਮ ਨਹੀਂ ਲੈਣਾ ਪੈਂਦਾ। ਇਸ ਲਈ ਫਲ ਇੱਛਤ ਕਰਮ ਨਾਲ ਦੁੱਖ ਅਤੇ ਨਿਸ਼ਫਲ ਕਰਮ ਕਰਨ ਨਾਲ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਕਰਮਾਂ ਦੇ ਬੰਧਨ ਤੋਂ ਛੁੱਟ ਕੇ ਅਮਰ ਪਦ ਪਾਉਂਦਾ ਹੈ। ਗਿਆਨ ਦਾ ਪ੍ਰਕਾਸ਼ ਉਸ ਹਿਰਦੇ ਵਿੱਚ ਹੁੰਦਾ ਹੈ ਜੋ ਨਿਸ਼ਕਾਮ ਕਰਮ ਕਰਦੇ ਕਰਦੇ ਸ਼ੁੱਧ ਹੋ ਚੁੱਕਿਆ ਹੋਵੇ। ਕਰਮਾਂ ਤੋਂ ਪਾਰ ਹੋਣ ਦੀ ਇਹੀ ਇੱਕ ਵਿਧੀ ਹੈ। ਇਸ ਲਈ ਗੀਤਾ ਦੇ ਅਨੁਸਾਰ ਅਕਰਮ ਦੇ ਅਰਥ ਮਨ ਦੀ ਉਹ ਕਰਮ ਰਹਿਤ ਦਸ਼ਾ ਹੈ ਜਦੋਂ ਸਰੀਰ ਤਾਂ ਬਾਹਰੀ ਇੰਦਰੀਆਂ ਤੋਂ ਭਾਵ ਕਈ ਤਰ੍ਹਾਂ ਦੀਆਂ ਕਿਰਿਆ ਕਰ ਰਿਹਾ ਹੋਵੇ ਪਰ ਅੰਦਰੋਂ ਮਨ ਨਾ ਤਾਂ ਕਰਤਾਪਨ ਦੇ ਭਾਵ ਸਹਿਤ ਹੋਵੇ ਅਤੇ ਨਾ ਹੀ ਫਲ ਕਾਮਨਾ ਵਿੱਚ ਆਸਕਤ ਹੋਵੇ, ਭਾਵ ਮਨ ਵਿੱਚ ਕਰਤਾਪਨ ਅਤੇ ਫਲ ਕਾਮਨਾ ਦੀਆਂ ਲਹਿਰਾਂ ਨਾ ਉੱਠਦੀਆਂ ਹੋਣ, ਸਗੋਂ ਇਹਨਾਂ ਦੀ ਥਾਵੇਂ ਮਨ ਕਰਤਾਪਨ ਦੇ ਅਭਾਵ, ਫਲ ਕਾਮਨਾ ਵਿੱਚ ਅਨਾਸਕਤੀ, ਸਮਦ੍ਰਿਸ਼ਟੀ, ਕਰਤੱਵ ਬੁੱਧੀ ਅਤੇ ਲੋਕ ਹਿੱਤ ਦੇ ਭਾਵ ਦੇ ਸਹਿਤ ਹੋਵੇ। ਪਬਲਿਕ ਦੇ ਸੰਗਤ ਦੇ ਭਾਵ ਹਾਂਜੀ ਸ਼ਰਧਾ ਨਾ ਕਰੇ ਸੰਗਤ ਦੇ ਭਲੇ ਨੂੰ ਮੁੱਖ ਜਾਣ ਕੇ। ਪਰ ਇਹ ਅਸਲੀ ਅਕਰਮ ਅਵਸਥਾ ਸਰੀਰ ਕਰਮ ਦੇ ਨਾਲ ਨਾਲ ਹੀ ਹੋ ਸਕਦੀ ਹੈ, ਕਿਉਂਕਿ ਅਕਰਮ ਅਵਸਥਾ ਉਸ ਸਮੇਂ ਹੀ ਪ੍ਰਾਪਤ ਹੋਵੇਗੀ ਜਦੋਂ ਸਰੀਰ ਦਾ ਤਾਂ ਕੰਮ ਕਰ ਰਿਹਾ ਹੈ ਪਰ ਮਨ ਅੰਦਰ ਤੋਂ ਨਿਸ਼ਕਿਰਿਆ ਹੈ। ਇਹ ਗੱਲ ਗੀਤਾ ਇਸ ਤਰ੍ਹਾਂ ਸਪਸ਼ਟ ਕਰਦੀ ਹੈ, ਸਰੀਰ ਕਰਮ ਕੀਤੇ ਬਿਨਾਂ ਮਨੁੱਖ ਮਾਨਸਿਕ ਨਿਸ਼ਕਿਰਿਆਤਾ ਨੂੰ ਨਹੀਂ ਭੋਗ ਸਕਦਾ ਅਤੇ ਨਾ ਹੀ ਸਰੀਰਕ ਕਰਮ ਦੇ ਤਿਆਗ ਮਾਤਰ ਨਾਲ ਸਿੱਧੀ ਨੂੰ ਪ੍ਰਾਪਤ ਕਰ ਸਕਦਾ ਹੈ, ਕਿਉਂਕਿ ਕੋਈ ਵੀ ਪ੍ਰਾਣੀ ਖਿੰਨ ਮਾਤਰ ਵੀ ਕੰਮ ਕੀਤੇ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਜੇ ਚੰਗਾ ਨਹੀਂ ਕਰੂਗਾ ਤਾਂ ਮਾੜਾ ਤਾਂ ਕਰੂਗਾ ਨਾ, ਵਿਹਲਾ ਤਾਂ ਰਹਿ ਨਹੀਂ ਸਕਦਾ। ਕਿਉਂ ਨਾ ਫਿਰ ਉਹਨੂੰ ਚੰਗਾ ਕਰੀਏ, ਉਹ ਵੀ ਨਿਸ਼ਕਾਮ ਕਰੀਏ, ਕਿਉਂਕਿ ਪ੍ਰਕਿਰਤੀ ਤੋਂ ਪੈਦਾ ਹੋਏ ਗੁਣ ਉਹ ਉਸ ਨੂੰ ਕੰਮ ਵਿੱਚ ਲਿਆਉਂਦੇ। ਵਿਹਲਾ ਬੰਦਾ ਹੋ ਜਾਂ ਬੈਠਾ ਡੱਕੇ ਤੋੜੀ ਜਾਊਗਾ, ਜਾਂ ਮਿੱਟੀ ਫੁਰਲੀ ਜਾਓ, ਜਾਂ ਨਿੰਦਿਆ ਚੁਗਲੀ ਕਰੂ, ਜਾਂ ਹੋਰ ਮਨ 'ਚ ਪੁੱਠੀਆਂ ਗੱਲਾਂ ਆਉਣਗੀਆਂ, ਅਤੇ ਜਿਹਨੂੰ ਆਹਰੇ ਲਾ ਛੱਡੀਏ
ਹੈਂ ਫਿਰ ਮਨ ਜਿਵੇਂ ਖੋਤੇ ਨੂੰ ਦੱਬ ਛੱਡੀ ਹੈ ਨਾ ਭਾਰ ਥੱਲੇ, ਫਿਰ ਬੜਾ ਸੋਹਣਾ ਤੁਰਿਆ ਰਹਿੰਦਾ। ਇਹ ਮਨ ਨੂੰ ਵੀ ਹਰ ਵੇਲੇ ਕਿਸੇ ਨਾ ਕਿਸੇ ਧੰਦੇ 'ਚ ਲਾ ਛੱਡੋ, ਬਾਣੀ ਪੜ੍ਹਨਾ, ਗ੍ਰੰਥ ਪੜ੍ਹਨੇ ਆ, ਸੇਵਾ ਕਰਨੀ ਆ, ਸਿਮਰਨ ਕਰਨਾ, ਹਾਂਜੀ, ਪਰ ਵਾਰ ਫਿਰ ਮਨ ਨੂੰ ਮੌਕਾ ਨਹੀਂ ਮਿਲਦਾ ਮਾੜੇ ਪਾਸੇ ਜਾਣ ਦਾ। ਇਸ ਵਾਸਤੇ ਫਿਰ ਕਹਿੰਦੇ ਕਿ ਮਨ ਕੰਮ ਕੀਤੇ ਬਿਨਾਂ ਰਹਿ ਨਹੀਂ ਸਕਦਾ, ਕਿਉਂਕਿ ਪ੍ਰਕਿਰਤੀ ਤੋਂ ਪੈਦਾ ਹੋਏ ਗੁਣ ਉਸ ਨੂੰ ਕੰਮ ਵਿੱਚ ਲਗਾਉਂਦੇ ਹਨ। ਇਸ ਤਰ੍ਹਾਂ ਗੀਤਾ ਜਿਵੇਂ ਅੰਦਰ ਦੀ ਕਰਮ ਅਵਸਥਾ ਨੂੰ ਬੁਰਾ ਮੰਨਦੀ ਹੈ, ਉਸੇ ਤਰ੍ਹਾਂ ਬਾਹਰੀ ਅਕਰਮ ਅਵਸਥਾ ਕਰਮਾਂ ਦਾ ਤਿਆਗ ਨੂੰ ਵੀ ਬੁਰਾ ਮੰਨਦੀ ਹੈ। ਅਤੇ ਮਹਾਰਾਜ ਦਾ ਵੀ ਇਹ ਕਰਮ ਕਰ ਤੋਂ ਹੋਵੇ ਨਿਹਕਰਮ ਅਤੇ ਇਸ ਵੈ ਸੁਣੂ ਕਾ ਨਿਰਮਲ ਧਰਮ, ਸੇਵਾ ਕਰ ਤੋਂ ਇਹ ਨਿਕਾਮੀ ਅਤੇ ਇਸ ਕਾ ਹੋਦ ਪ੍ਰਾਪਤ ਸੁਆਮੀ। ਇਸ ਲਈ ਅੰਤ ਵਿੱਚ ਗੀਤਾ ਅਰਜਨ ਨੂੰ ਇਹ ਉਪਦੇਸ਼ ਦਿੰਦੀ ਹੈ ਕਿ ਤੂੰ ਕਰਤੱਵ ਕਰਮ ਕਰ, ਕਿਉਂਕਿ ਸਰੀਰਕ ਅਕਰਮ ਤੋਂ ਕਰਮ ਚੰਗਾ ਹੈ ਅਤੇ ਤੇਰੀ ਸਰੀਰ ਯਾਤਰਾ ਵੀ ਅਕਰਮ ਨਾਲ ਸਿੱਧ ਨਹੀਂ ਹੋ ਸਕਦੀ। ਜੇ ਢੇਰੀ ਢਾ ਕੇ ਬੈਠੇਗਾ ਫਿਰ ਤਾਂ ਕੋਈ ਕੰਮ ਨਹੀਂ ਤੇਰਾ ਹੋਏਗਾ। ਇਹਦਾ ਅਰਥ ਇਹ ਹੈ ਕਿ ਜਿਸ ਵਸਤੂ ਦੇ ਪਾਰ ਜਾਣਾ ਹੋਵੇ ਉਸ ਵਸਤੂ ਦੇ ਵਿੱਚੋਂ ਲੰਘ ਕੇ ਹੀ ਉਸ 'ਤੇ ਪਾਰ ਜਾਇਆ ਜਾ ਸਕਦਾ। ਹੁਣ ਦਰਿਆ 'ਚੋਂ ਲੰਘਣਾ, ਫਿਰ ਵਿੱਚ ਹੀ ਲੰਘਾ ਜਾਵਾਂਗੇ, ਜਾਂ ਕਿਸੇ ਵਸਤੂ ਨੂੰ ਛੱਡਣ ਨਾਲ ਉਹ ਵਸਤੂ ਨਹੀਂ ਛੁੱਟਦੀ, ਬਲਕਿ ਉਹਦੇ ਸਦ ਉਪਯੋਗ ਨਾਲ ਉਸਦਾ ਜਿਹੜਾ ਚੰਗਾ ਉਹਨੂੰ ਉਪਯੋਗ ਕਰਨਾ, ਦੁਰ ਉਪਯੋਗ ਪਹਿਲਾਂ ਛੁੱਟਦਾ ਹੈ। ਜਿਵੇਂ ਹੁਣ ਸੱਚ ਬੋਲਣ ਲੱਗ ਪਓ ਝੂਠ ਆਪੇ ਛੁੱਟ ਗਿਆ ਕਿ ਨਹੀਂ, ਸੰਤੋਖ ਧਾਰ ਲਓ ਅਤੇ ਲੋਭ ਤੋਂ ਖਲਾਸੀ ਮਿਲ ਗਈ। ਵਸਤੂ ਵਿਚਾਰ ਕਰ ਲਓ, ਭੈੜੀ ਬਾਸ਼ਨਾ ਜਿਹੜੇ ਬਕਾਰ ਆ ਉਹਨਾਂ ਤੋਂ ਛੁਟਕਾਰਾ ਹੋ ਗਿਆ। ਇਸ ਤਰ੍ਹਾਂ ਨਿਮਰਤਾ ਧਾਰ ਲਓ, ਕ੍ਰੋਧ ਤੋਂ ਕੁਦਰਤੀ ਛੁਟਕਾਰਾ ਹੋ ਗਿਆ। ਇਹ ਜਿਹੜੀਆਂ ਚੀਜ਼ਾਂ ਖੇਮਾ ਧਾਰਨਾ, ਹਾਂਜੀ, ਅਤੇ ਨਿਮਰਤਾ ਨਾਲ ਹੰਕਾਰ ਤੋਂ, ਖੇਮਾ ਤੋਂ ਕ੍ਰੋਧ ਦੂਰ ਹੋ ਜਾਂਦਾ। ਇਹ ਕਹਿੰਦੇ ਇਸ ਤਰ੍ਹਾਂ ਓਪੋਜਿਟ ਤੱਤ ਲੱਜਣੇ ਪੈਂਦੇ ਆ। ਦੁਰ ਉਪਯੋਗ ਪਹਿਲਾਂ ਛੁੱਟਦਾ ਹੈ, ਫਿਰ ਉਹੀ ਸਦ ਉਪਯੋਗ ਦੁਰ ਉਪਯੋਗ ਤੋਂ ਬਿਲਕੁਲ ਰਹਿਤ ਕਰਦਾ ਹੋਇਆ ਆਪਣੇ ਤੋਂ ਵੀ ਉੱਪਰ ਉਠਾ ਦਿੰਦਾ ਹੈ। ਲੋਹੇ ਨੂੰ ਲੋਹਾ ਹੀ ਵੱਢਦਾ ਹੈ। ਜਿਵੇਂ ਸਵਾਰਥ ਬੁੱਧੀ ਜਾਂ ਅਸ਼ੁੱਧ ਹੰਕਾਰ ਸਿਰਫ ਛੱਡਣ ਨਾਲ ਨਹੀਂ ਛੁੱਟਦੇ, ਪਰ ਇਹਨਾਂ ਦੇ ਸਥਾਨ 'ਤੇ ਸ਼ੁੱਧ ਹੰਕਾਰ ਨਿਸਵਾਰਥ ਬੁੱਧੀ ਲਿਆਉਣ ਨਾਲ ਉਹ ਆਪੇ ਛੁੱਟ ਜਾਂਦੇ ਹਨ। ਹੁਣ ਜਿਹੜਾ ਚੋਰੀ ਕਰਦਾ ਧਰਮ ਦੀ ਕਿਰਤ ਕਰਨ ਲੱਗ ਪਿਆ, ਚੋਰੀ ਆਪੇ ਛੁੱਟ ਗਈ। ਭਾਵ ਸ਼ੁੱਧ ਹੰਕਾਰ ਨੂੰ ਸ਼ੁੱਧ ਹੰਕਾਰ ਨਾਲ ਅਤੇ ਸਵਾਰਥ ਨੂੰ ਨਿਸਵਾਰਥ ਬੁੱਧੀ ਨਾਲ ਬਦਲਿਆ ਜਾ ਸਕਦਾ ਹੈ, ਅਤੇ ਇਹ ਬਦਲਣਾ ਹੀ ਮਨੁੱਖ ਨੂੰ ਅਖੀਰ ਵਿੱਚ ਸੁਭਾਅ ਤੋਂ ਨਿਸਵਾਰਥੀ ਅਤੇ ਨਿਰਹੰਕਾਰੀ ਬਣਾਉਂਦਾ ਹੈ, ਜਿਸ ਨਾਲ ਮਨੁੱਖ ਇਹਨਾਂ ਨੂੰ ਉਪਾਧੀਆਂ ਤੋਂ ਪਾਰ ਹੋ ਕੇ ਪਰਮ ਗਤੀ ਪ੍ਰਾਪਤ ਕਰਦਾ ਹੈ। ਅਤੇ ਜਦੋਂ ਸਰੀਰ ਕਰਮ ਦੇ ਬਿਨਾਂ ਕੇਵਲ ਗਿਆਨ ਜਾਂ ਧਿਆਨ ਦੇ ਪ੍ਰਭਾਵ ਨਾਲ ਮਨ ਦੀ ਸਥਿਰ ਅਵਸਥਾ ਹੁੰਦੀ ਹੈ ਤਾਂ ਇਸ ਨੂੰ ਅਕਰਮ ਨਹੀਂ ਬਲਕਿ ਕਰਮਾਤੀਤ ਅਵਸਥਾ ਕਹਿੰਦੇ ਹਨ। ਉਹ ਕਰਮਾਂ ਤੋਂ ਨਿਰਲੇਪ ਹੋ ਜਾਂਦਾ ਹੈ। ਅਤੇ ਜਦ ਆਲਸ, ਮੂਰਖਤਾ, ਸੁਖੋਪਤੀ ਜਾਂ ਨਸ਼ੀਲੀਆਂ ਚੀਜ਼ਾਂ ਦੇ ਪ੍ਰਭਾਵ ਨਾਲ ਮਨ ਅਤੇ ਸਰੀਰ ਦੋਨੋਂ ਕਿਰਿਆ ਰਹਿਤ ਹੁੰਦੇ ਹਨ ਤਾਂ ਉਸ ਨੂੰ ਅਸਲ ਵਿੱਚ ਬੇਕਰਮ ਕਿਹਾ ਜਾਂਦਾ। ਕਈ ਹੁਣ ਅੰਬਲ ਖਾਂਦੇ ਆ ਵੀ ਸ਼ਾਇਦ ਇਹਨਾਂ ਸਮਾਧੀ ਲੱਗ ਜੂਗੀ, ਉਹ ਤਾਂ ਸੁਖ ਸਰੀਰ ਵੀ ਗਾਲ ਲੈਂਦੇ ਆ, ਦਲਿੱਦਰੀ ਬਣ ਜਾਂਦੇ ਆ, ਹਾਂਜੀ। ਇਸ ਕਰਕੇ ਕਹਿੰਦੇ ਉਸ ਨੂੰ ਅਸਲ ਵਿੱਚ ਬੇਕਰਮ ਕਿਹਾ ਜਾਂਦਾ ਹੈ, ਅਕਰਮ ਨਹੀਂ। ਮਨ ਦੀ ਅਕਰਮ ਅਵਸਥਾ ਹੀ ਉਪਨਿਸ਼ਦ ਇਸ ਤਰ੍ਹਾਂ ਵਿਆਖਿਆ ਕਰਦੇ ਹਨ। ਉਪਨਿਸ਼ਦਾਂ ਵਿੱਚ ਮਨੁੱਖ ਦੇ ਸਰੀਰ ਨੂੰ ਰੱਥ ਕਿਹਾ ਗਿਆ ਹੈ ਅਤੇ ਮਨ ਨੂੰ ਰੱਥ ਦਾ ਧੁਰਾ, ਜਿਸ ਤਰ੍ਹਾਂ ਰੱਥ ਦੇ ਚੱਕਰ ਪਹੀਏ ਨਾਲ ਪਹੀਏ ਅਤੇ ਧੁਰਾ ਹੈ, ਉਸੇ ਤਰ੍ਹਾਂ ਸਰੀਰ ਵਿੱਚ ਵੀ ਇੰਦਰੀਆਂ ਚੱਕਰ ਅਤੇ ਮਨ ਧੁਰਾ ਹੈ ਅਤੇ ਰੱਥ
ਤਦ ਹੀ ਕਲਿਆਣਕਾਰੀ ਹੁੰਦਾ ਹੈ। ਜਦੋਂ ਰਾਹ ਦਾ ਚੱਕਰ ਤਾਂ ਚੱਲਦਾ ਰਹੇ ਪਰ ਉਸਦਾ ਧੁਰਾ ਜਿਹੜਾ ਹੈ ਉਹ ਚੱਕਰ ਦੇ ਚੱਲਣ ਨਾਲ ਹਾਂਜੀ ਆਪ ਨਾ ਘੁੰਮੇ ਸਗੋਂ ਅਚੱਲ ਰਹੇ। ਇੱਥੇ ਚੱਕਰ ਚਾਹੀਦਾ, ਗਲਤ ਛਪ ਗਿਆ ਚੱਕਰ। ਜੇਕਰ ਚੱਕਰ ਦੇ ਚੱਲਣ ਨਾਲ ਰੱਥ ਦਾ ਧੁਰਾ ਵੀ ਨਾਲ ਨਾਲ ਘੁੰਮਣ ਲੱਗ ਜਾਵੇ ਤਾਂ ਇੱਕ ਰੱਥ ਠੀਕ ਨਹੀਂ ਚੱਲੇਗਾ। ਇਸ ਕਰਕੇ ਫਿਰ ਹੁਣ ਧੁਰਾ ਜਿਹੜਾ ਹਾਂਜੀ ਹੁਣ ਤਾਂ ਸਥਿਰ ਰਹਿਣਾ ਨਾ, ਪਹੀਏ ਨੇ ਘੁੰਮਣਾ। ਜੇ ਧੁਰਾ ਵੀ ਘੁੰਮਣ ਲੱਗ ਪਿਆ ਤਾਂ ਫਿਰ ਉਹ ਕਿਵੇਂ ਚੱਲੂਗਾ ਹਾਂਜੀ, ਫਿਰ ਤਾਂ ਚੱਲ ਨਹੀਂ ਸਕਦਾ। ਇਸ ਕਰਕੇ ਧੁਰਾ ਸਥਿਰ ਰਹੇਗਾ ਅਤੇ ਚੱਕਰ ਜਿਹੜਾ ਹੈ ਉਹ ਫਿਰ ਚੱਲੇਗਾ। ਤਾਂ ਰੱਥ ਠੀਕ ਨਹੀਂ ਚੱਲੇਗਾ ਅਤੇ ਧੁਰਾ ਜਲਦੀ ਹੀ ਟੁੱਟ ਜਾਵੇਗਾ, ਜਿਸ ਨੂੰ ਰੱਥ ਬੇਕਾਰ ਹੋ ਜਾਵੇਗਾ। ਅਤੇ ਜੇਕਰ ਧੁਰੇ ਦੇ ਟੁੱਟਣ ਦੇ ਡਰ ਨਾਲ ਰੱਥ ਦਾ ਚੱਕਰ ਹੀ ਨਾ ਚਲਾਇਆ ਜਾਵੇ ਤਾਂ ਚੱਕਰ ਦੇ ਬੰਦ ਪੈ ਰਹਿਣ ਨਾਲ ਧੁਰੇ ਨੂੰ ਜਗਾ ਲੱਗ ਜਾਏਗਾ। ਵੀ ਜੇ ਕਹਾਂਗੇ ਟੁੱਟ ਜਾਊਗਾ ਜੀ ਚਲਾਵੇ ਹੀ ਨਾ, ਫਿਰ ਉਹ ਜਗਾ ਲੱਗ ਜੂ, ਉਵੇਂ ਗਲ ਜਾਣਾ ਉਹਨੂੰ। ਧੁਰੇ ਨੂੰ ਜੰਗਾਲ ਲੱਗ ਜਾਵੇਗਾ ਅਤੇ ਦੂਸਰਾ ਰੱਥ ਦਾ ਹੋਣਾ ਨਾ ਹੋਣਾ ਇੱਕ ਬਰਾਬਰ ਹੋਵੇਗਾ। ਜਿਹੜੇ ਦਿਲ ਧਾਰ ਕੇ ਬੈਠਾ ਰਹੂਗਾ ਇਹਦੇ 'ਚ ਕਈ ਦੋਸ਼ ਪੈਦਾ ਹੋ ਜਾਣਗੇ, ਸਗੋਂ ਜਿਸ ਉਦੇਸ਼ ਲਈ ਰੱਥ ਸੀ ਉਹ ਉਦੇਸ਼ ਹੀ ਸਮਾਪਤ ਹੋ ਜਾਏਗਾ। ਰੱਥ ਤਾਂ ਹੀ ਬਣਾਇਆ ਸੀ ਵੀ ਉਹ ਵਰਤਿਆ ਜਾਏ, ਜੇ ਖੜਾ ਰਿਹਾ ਤਾਂ ਉਹਦਾ ਫਾਇਦਾ ਕੀ ਹੈ। ਇਸ ਤਰ੍ਹਾਂ ਸਰੀਰ ਦੀਆਂ ਇੰਦਰੀਆਂ ਜਦੋਂ ਆਪਣੇ ਕੰਮ ਵਿੱਚ ਲੱਗੀਆਂ ਹੋਈਆਂ ਹੋਣ ਤਾਂ ਮਨ ਰੂਪੀ ਧੁਰਾ ਨਿਸ਼ਕਾਮ ਜਾਂ ਸਥਿਰ ਹੋਵੇ ਤਦ ਤਾਂ ਸਰੀਰ ਰੂਪੀ ਰੱਥ ਕਲਿਆਣਕਾਰੀ ਹੋ ਸਕਦਾ ਹੈ ਅਤੇ ਉਸ ਦਾ ਉਦੇਸ਼ ਵੀ ਪ੍ਰਾਪਤ ਹੋ ਸਕਦਾ ਹੈ। ਪਰ ਜਦੋਂ ਸਰੀਰ ਕਰਮਾਂ ਦੇ ਨਾਲ ਨਾਲ ਮਨ ਰੂਪੀ ਧੁਰਾ ਵੀ ਘੁੰਮਣ ਲੱਗ ਜਾਵੇ, ਭਾਵ ਮਨ ਸਵਾਰਥ ਬੁੱਧੀ ਸਹਿਤ ਹੋ ਕੇ ਕਈ ਤਰ੍ਹਾਂ ਦੇ ਸੰਕਲਪ ਵਿਕਲਪ ਉਠਾਉਣ ਲੱਗ ਜਾਵੇ ਤਾਂ ਮਨ ਦੀ ਦਸ਼ਾ ਪਹਿਲਾਂ ਨਾਲੋਂ ਵੀ ਖਰਾਬ ਹੋ ਜਾਵੇਗੀ ਅਤੇ ਸਰੀਰ ਵੀ ਪਹਿਲਾਂ ਤੋਂ ਵੱਧ ਬੰਧਨਾਂ ਅਤੇ ਦੁੱਖਾਂ ਦਾ ਸ਼ਿਕਾਰ ਹੋ ਜਾਵੇਗਾ। ਜੇਕਰ ਮਨ ਰੂਪੀ ਧੁਰੇ ਦੇ ਖਰਾਬ ਹੋ ਜਾਣ ਦੇ ਡਰ ਨਾਲ ਸਰੀਰਕ ਕਰਮ ਬੰਦ ਕਰ ਦਿੱਤੇ ਜਾਣ ਤਾਂ ਮਨ ਨੂੰ ਮਲ ਦੋਸ਼ ਦਾ ਜੰਗਾਲ ਲੱਗਣਾ ਸ਼ੁਰੂ ਹੋ ਜਾਏਗਾ। ਜਿਹੜਾ ਵਿਹਲਾ ਮਨ ਆ ਉਹ ਕੋਈ ਨਾ ਕੋਈ ਪਵਿੱਤ ਕਰੇਗਾ, ਪੁੱਠੇ ਕੰਮ ਕਰੇਗਾ, ਜਿਸ ਨਾਲ ਮਨੁੱਖ ਦਾ ਜੀਵਨ ਪਹਿਲਾਂ ਤੋਂ ਵੀ ਵੱਧ ਖਰਾਬ ਅਤੇ ਬੇਕਾਰ ਹੋ ਜਾਵੇਗਾ ਅਤੇ ਉਹ ਆਪਣੇ ਅਤੇ ਦੂਸਰਿਆਂ ਦੇ ਭਾਰ ਬਣ ਜਾਏਗਾ। ਇਸ ਲਈ ਮਨ ਰੂਪੀ ਧੁਰੇ ਨੂੰ ਸਾਫ਼ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਸਰੀਰ ਰੂਪੀ ਰੱਥ ਤਾਂ ਕਰਮ ਵਿੱਚ ਲੱਗਿਆ ਰਹੇ ਅਤੇ ਮਨ ਉਸ ਸਮੇਂ ਆਪ ਨਿਸ਼ਕਾਮ ਅਚੱਲ ਨਿਰਸੰਕਲਪ ਹੋਵੇ, ਭਾਵ ਮਨ ਆਪਣੇ ਸਰੂਪ ਦੇ ਗਿਆਨ ਜਾਂ ਧਿਆਨ ਵਿੱਚ ਸਥਿਤ ਹੋਵੇ। ਇਸ ਲਈ ਬਿਨਾਂ ਸਰੀਰ ਰੂਪੀ ਰੱਥ ਨੂੰ ਕਰਮ ਵਿੱਚ ਲਗਾਏ ਰੱਖਣ ਦੇ ਸ਼ੁਰੂ ਵਿੱਚ ਨਾ ਤਾਂ ਮਨ ਸਾਫ ਅਤੇ ਸ਼ੁੱਧ ਹੀ ਰਹਿ ਸਕਦਾ ਹੈ, ਸਗੋਂ ਸ਼ੁਰੂ ਵਿੱਚ ਤਾਂ ਹਰ ਇੱਕ ਮਨੁੱਖ ਦੇ ਮਨ ਦੀ ਸ਼ਕਤੀ ਨਿਸ਼ਚਲਤਾ ਅਤੇ ਨਿਸ਼ਕਾਮਤਾ ਆਦਿ ਸਰੀਰਕ ਕਰਮਾਂ ਦੇ ਅੰਦਰ ਹੀ ਹੋ ਸਕਦੀ ਹੈ। ਇਸ ਲਈ ਸਰੀਰਕ ਕਰਮ ਦਾ ਜਾਰੀ ਰੱਖਣਾ ਅਤੇ ਉਸ ਪ੍ਰਵਿਰਤੀ ਵਿੱਚ ਮਨ ਦੀ ਨਿਰਵਿਰਤੀ ਦਾ ਰੱਖਣਾ ਅਤੇ ਦ੍ਰਿੜ ਕਰਨਾ ਅਤਿ ਜ਼ਰੂਰੀ ਹੈ। ਸਰੀਰਕ ਕਰਮਾਂ ਨੂੰ ਹੱਠ ਨਾ ਰੋਕਣ ਨਾਲ ਇੱਕ ਤਾਂ ਸਰੀਰ ਬੇਕਾਰ ਰੋਗੀ ਅਤੇ ਆਲਸੀ ਹੋ ਜਾਂਦਾ ਹੈ ਅਤੇ ਦੂਸਰੇ ਪਾਸੇ ਮਨ ਚੰਚਲ ਅਸਥਿਰ ਅਤੇ ਮਲੀਨ ਹੋ ਜਾਂਦਾ ਹੈ, ਜਿਹਨਾਂ ਮਨੁੱਖੀ ਜੀਵਨ ਬੇਕਾਰ ਦੁਖੀ ਅਤੇ ਹਾਨੀਕਾਰਕ ਹੋ ਜਾਂਦਾ ਹੈ। ਇਸੇ ਬੁਰੇ ਨਤੀਜੇ ਤੋਂ ਬਚਾਉਣ ਦੇ ਲਈ
ਅਰਜਨ ਨੂੰ ਭਗਵਾਨ ਸ਼੍ਰੀ ਗੀਤਾ ਦੇ ਤੀਸਰੇ ਅਧਿਆਅ ਦੇ 47ਵੇਂ ਸਲੋਕ ਵਿੱਚ ਇਸ ਤਰ੍ਹਾਂ ਉਪਦੇਸ਼ ਦਿੰਦੇ ਹਨ ਕਿ ਇਹ ਅਰਜਨ ਫਲ ਦੀ ਲਾਲਸਾ ਨਾਲ ਤੂੰ ਕਰਮ ਕਰਨ ਵਾਲਾ ਨਾ ਬਣ ਜਾਂ ਆਪਣੇ ਕਰਮ ਨਾ ਕਰਨ ਵਿੱਚ ਵੀ ਤੂੰ ਹੱਠ ਨਾ ਕਰ। ਹਾਂਜੀ, ਆਲਸੀ ਨਾ ਬਣ, ਹੱਠ ਵੀ ਨਾ ਕਰ, ਅਤੇ ਕਰਮ ਜਿਹੜਾ ਉਹ ਤਿਆਗਣਾ ਨਹੀਂ ਚਾਹੀਦਾ। ਸ਼ੁਭ ਕਰਮ ਜਿਹੜਾ, ਕਰਮਯੋਗ ਦੇ 5 ਅੰਗ ਹਨ। ਕਰਮਯੋਗ ਦੇ ਵਰਣਨ ਨਾਲ ਅਸੀਂ ਦੇਖਦੇ ਹਾਂ ਕਿ ਕਰਮਯੋਗ ਦੀ ਵਿਧੀ ਵਿੱਚ 5 ਅੰਗ ਹਨ। ਪਹਿਲਾ, ਆਤਮਾ ਅਨਾਤਮਾ ਦਾ ਵਿਵੇਕ, ਸੱਚ ਝੂਠ ਦਾ ਗਿਆਨ ਹੋਣਾ। ਗੀਤਾ ਦੇ ਦੂਸਰੇ ਅਧਿਆਅ ਦੇ 30ਵੇਂ ਸਲੋਕ ਵਿੱਚ ਭਗਵਾਨ ਕਹਿੰਦੇ ਹਨ ਕਿ ਸਭ ਦੇਹੀ ਵਿੱਚ ਹੀ ਦੇਹੀ ਭਾਵ ਆਤਮਾ ਨਿੱਤ ਅੱਜ ਜਨਮ ਤੋਂ ਰਹਿਤ, ਅਜਰ ਬੁਢਾਪੇ ਤੋਂ ਰਹਿਤ, ਸਰਵ ਵਿਆਪਕ ਅਮਰਿਆ ਮੌਤ ਤੋਂ ਰਹਿਤ ਅਤੇ ਵਿਨਾਸ਼ੀ ਹੈ ਨਾਸ ਤੋਂ ਰਹਿਤ, ਅਤੇ ਇਹੀ ਹਰ ਇੱਕ ਪ੍ਰਾਣੀ ਦਾ ਅਸਲ ਸਰੂਪ ਹੈ, ਅਤੇ ਇਹ ਦੇਹ ਭਾਵ ਦੇਖਣ ਮਾਤਰ ਜੋ ਨਾਮ ਰੂਪ ਹੈ। ਇਹਦਾ ਨਾਮ ਕੀ ਹੈ, ਰੂਪ ਕੀ ਹੈ? ਉਹ ਅਨਿੱਤ ਹੈ, ਸਦਾ ਰਹਿਣ ਵਾਲਾ ਨਹੀਂ, ਨਾਸਵਾਨ ਹੈ, ਮਿਥਿਆ ਹੈ, ਝੂਠਾ ਅਤੇ ਅਸੱਤ ਹੈ, ਅਤੇ ਇਹ ਹਰ ਇੱਕ ਪ੍ਰਾਣੀ ਦਾ ਅਸਲ ਸਰੂਪ ਨਹੀਂ, ਇਸ ਲਈ ਇਹ ਅਨਾਤਮ ਹੈ। ਹਾਂਜੀ, ਆਤਮਾ ਤੋਂ ਭਿੰਨ ਜਿਹੜੀ ਚੀਜ਼ ਹੈ ਉਹ ਅਨਾਤਮ ਹੈ। ਦੂਜਾ, ਬੁੱਧੀ ਯੋਗ, ਦੂਸਰੇ ਅਧਿਆਏ ਦੇ 39ਵੇਂ ਸਲੋਕ ਵਿੱਚ ਭਗਵਾਨ ਕਹਿੰਦੇ ਹਨ ਕਿ ਕਰਤਾਪਨ ਆਦਿ ਦੇ ਭਾਵ ਤੋਂ ਰਹਿਤ ਹੋ ਕੇ ਨਿਸ਼ਕਾਮ ਚਿੱਤ ਅਤੇ ਸੰਬੁੱਧੀ, ਦੁੱਖ ਸੁੱਖ ਲਾਭ ਹਨ ਜਿੱਤ ਹਾਰ ਵਿੱਚ ਸੰਬਿਰਤੀ ਸਮ ਹੋ ਕੇ ਕਰਮ ਕਰ, ਕਿਉਂਕਿ ਆਤਮਾ ਕਰਤਾ ਹੈ, ਇਸ ਨਾਲ ਪਾਪ ਪੁੰਨ ਦਾ ਕੋਈ ਬੰਧਨ ਨਹੀਂ ਹੁੰਦਾ। ਤੀਜਾ, ਭਗਤੀ, ਇਸ ਅੰਗ ਦਾ ਵਰਣਨ ਤੀਸਰੇ ਅਧਿਆਅ ਦੇ 30ਵੇਂ ਸਲੋਕ ਵਿੱਚ ਇਸ ਤਰ੍ਹਾਂ ਕੀਤਾ ਹੈ, ਜੇਕਰ ਨਿਸ਼ਕਾਮ ਕਰਮ ਕਰਦੇ ਕਰਦੇ ਵੀ ਕਰਤਾਪਨ ਦਾ ਭਾਵ ਨਹੀਂ ਛੁੱਟਦਾ ਤਾਂ ਤੂੰ ਮੇਰੇ ਪਰਮਾਤਮਾ ਵਿੱਚ ਚਿੱਤ ਅਰਪਣ ਕਰ। ਸਰਵਧਰਮ ਪਰਿਤਿਆਗ ਮਾਮ ਇੱਕ ਸ਼ਰਨ ਵਰਜ, ਵੀ ਸਾਰੇ ਤਿਆਗ ਕੇ ਇੱਕ ਭਗਵਾਨ ਦੀ ਸ਼ਰਨ ਵਿੱਚ ਆ ਜਾ, ਅਤੇ ਸਾਰੇ ਕੰਮਾਂ ਨੂੰ ਮੈਨੂੰ ਅਰਪਣ ਕਰਕੇ ਫਲ ਦੀ ਆਸ ਨਾ ਰੱਖ ਕੇ ਯੁੱਧ ਕਰ। ਇਸ ਨਾਲ ਵੀ ਤੂੰ ਕਰਮ ਬੰਧਨ ਤੋਂ ਛੁੱਟ ਜਾਵੇਂਗਾ। ਇਸ ਨਾਲ ਅੰਤਕਰਨ ਦੇ ਸ਼ਾਂਤ ਅਤੇ ਸ਼ੁੱਧ ਹੋਣ 'ਤੇ ਤੈਨੂੰ ਆਤਮ ਸਾਖਿਆਤਕਾਰ ਹੋਵੇਗਾ। ਚੌਥਾ, ਸੰਨਿਆਸ, ਇਹ ਚੌਥਾ ਅੰਗ ਹੈ। ਗੀਤਾ ਕਰਮ ਤਿਆਗੀ ਨੂੰ ਸੰਨਿਆਸੀ ਨਹੀਂ ਮੰਨਦੀ, ਪਰ ਕਰਤਾਪਨ ਦੇ ਤਿਆਗੀ ਅਤੇ ਕਰਮ ਫਲ ਦੇ ਤਿਆਗੀ ਨੂੰ ਸੱਚਾ ਸੰਨਿਆਸੀ ਮੰਨਦੀ ਹੈ। ਜਦੋਂ ਆਤਮ ਦ੍ਰਿਸ਼ਟੀ ਨਾਲ ਸਭ ਦੇ ਹਿੱਤ ਦੇ ਲਈ ਨਿਸ਼ਕਾਮ ਭਾਵ ਨਾਲ ਕਰਮ ਕੀਤਾ ਜਾਂਦਾ ਹੈ ਤਾਂ ਅੰਤਕਰਨ ਸ਼ੁੱਧ ਹੋ ਜਾਂਦਾ ਹੈ ਅਤੇ ਆਪਣੇ ਆਪ ਹੀ ਧਿਆਨ ਸਥਿਰ ਹੋ ਜਾਂਦਾ ਹੈ, ਅਤੇ ਸਰੀਰ ਕਰਮਾਂ ਵਿੱਚ ਪ੍ਰਵਿਰਤੀ ਆਪਣੇ ਆਪ ਹੀ ਮੰਦ ਪੈ ਜਾਂਦੀ ਹੈ ਅਤੇ ਧਿਆਨ ਅਵਸਥਾ ਤਾਰੀ ਹੋ ਜਾਂਦੀ ਹੈ। ਇਸ ਲਈ ਕਰਮਯੋਗੀ ਨੂੰ ਹੀ ਸੰਨਿਆਸੀ ਕਿਹਾ ਹੈ। ਇਸ ਲਈ ਮਨ ਮਿਥਿਆ ਕਰਤਾਪਨ ਆਦਿ ਦੇ ਸੰਕਲਪਾਂ ਤੋਂ ਰਹਿਤ ਹੋ ਜਾਣ ਨਾਲ ਸ਼ਾਂਤ ਅਤੇ ਸਮਾਹਤ ਇਕਾਗਰ ਹੋਣ ਲੱਗ ਜਾਂਦਾ ਹੈ, ਜਿਸ ਨਾਲ ਸਰੀਰ ਕਰਮ ਆਪਣੇ ਆਪ ਛੁੱਟ ਜਾਂਦੇ ਹਨ, ਅਤੇ ਤਦ ਉਹ ਸੰਨਿਆਸੀ ਕਹਾਉਂਦਾ ਹੈ। ਕਰਮਯੋਗੀ ਅਤੇ ਸੰਨਿਆਸੀ ਦੋਨੋਂ ਅੰਦਰ ਤੋਂ ਇੱਕ ਹੁੰਦੇ ਹਨ, ਕਿਉਂਕਿ ਮਾਰਗ ਦਾ ਫਰਕ ਹੈ, ਮਜ਼ਲ ਇੱਕੋ ਹੀ ਹੈ। ਪੰਜਵਾਂ, ਧਿਆਨ ਯੋਗ, 6ਵੇਂ ਅਧਿਆਇ ਦੇ 3ਰੇ ਸਲੋਕ ਵਿੱਚ ਭਗਵਾਨ ਕਹਿੰਦੇ ਹਨ ਕਿ ਯੋਗ ਅਰੂੜ ਹੋਣ ਦੀ ਇੱਛਾ ਰੱਖਣ ਵਾਲੇ ਦੇ ਲਈ ਤਾਂ ਕਰਮ ਭਾਵ ਨਿਸ਼ਕਾਮ ਕਰਮ ਕਾਰਨ ਭਾਵ ਸਾਧਨ ਕਿਹਾ ਹੈ, ਅਤੇ ਜੋ ਯੋਗ ਅਰੂੜ ਯੋਗ ਵਿੱਚ ਸਥਿਤ ਹੋਣਾ ਹੋ ਚੁੱਕਾ ਹੈ ਜਾਂ ਹੋਣ ਲੱਗ ਪੈਂਦਾ ਹੈ, ਇਸ ਲਈ ਸਮ ਕਾਰਨ ਸਾਧਨ ਕਿਹਾ ਜਾਂਦਾ ਹੈ। ਇਹ ਸਲੋਕ ਦਾ ਅਰਥ ਇਹ ਹੈ ਕਿ ਜੋ ਹਾਲੇ ਸੰਬੁੱਧੀ ਅਤੇ ਨਿਸ਼ਕਾਮਤਾ ਦਾ ਭਾਵ
ਦ੍ਰਿੜ ਕਰਨਾ ਚਾਹੁੰਦਾ ਹੈ। ਇਹ ਦੇਖਣਾ ਮੇਰਾ ਮਨ ਸਮਾਨ ਰਹਿੰਦਾ, ਹਰ ਸ਼ੋਗ ਵਿੱਚ ਇੱਕੋ ਜਿਹਾ ਹੀ ਹੈ। ਉਸ ਨੂੰ ਸਰੀਰਕ ਕਰਮ ਬਿਨਾਂ ਆਸਕਤੀ ਦੇ ਕਰਦੇ ਰਹਿਣਾ ਚਾਹੀਦਾ ਹੈ। ਸੰਬੁੱਧੀ ਅਤੇ ਨਿਸ਼ਕਾਮ ਭਾਵ ਦੀ ਦ੍ਰਿੜ ਅਵਸਥਾ ਹੀ ਯੋਗ ਅਰੂੜ ਅਵਸਥਾ ਕਹਾਉਂਦੀ ਹੈ, ਜੋ ਕਰਮ ਫਲ ਨੂੰ ਤਿਆਗ ਕੇ ਕਰਮ ਕਰਦੇ ਰਹਿਣ ਨਾਲ ਆਉਂਦੀ ਹੈ। ਇਸ ਲਈ ਇਹ ਸਮਤਾ ਅਤੇ ਨਿਸ਼ਕਰਮਤਾ ਦੀ ਦ੍ਰਿੜ ਅਵਸਥਾ ਵਿੱਚ ਯੋਗਾਰੂੜ ਯੋਗ ਕਰਦਿਆਂ ਬਿਰਤੀ ਜਿਹੜੀ ਆਤਮ ਪੱਜ ਇਸਤ ਹੋ ਗਈ ਅਵਸਥਾ ਦਾ ਸਾਧਨ ਕਰਮ ਕਹਾਉਂਦਾ ਹੈ। ਅਤੇ ਜਦੋਂ ਇਸ ਰੀਤ ਨਾਲ ਕਰਮ ਕਰਦੇ ਕਰਦੇ ਯੋਗਾਰੂੜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤਾਂ ਫਿਰ ਕਰਮ ਦੀ ਜ਼ਰੂਰਤ ਨਹੀਂ ਰਹਿੰਦੀ, ਕਿਉਂ ਬਾਣੀ ਜਿਹਨੇ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਪ੍ਰਾਪਤੋਂ ਕਰਮੇ ਨਾਸ। ਪਰ ਇੱਥੇ ਤਾਂ ਹੁਣ ਬਿਰਲੇ ਪਹੁੰਚਦੇ ਨਾ, ਉਦੋਂ ਤਾਂ ਕਰਨਾ ਹੀ ਪਏਗਾ। ਸਗੋਂ ਬੁੱਧੀ ਦੀ ਪੂਰਨ ਸਮਤਾ ਅਤੇ ਨਿਸ਼ਕਾਮਤਾ ਦੇ ਪ੍ਰਾਪਤ ਹੋਣ ਨਾਲ ਚਿੱਤ ਆਪਣੇ ਆਪ ਸਮਾਹਤ ਭਾਵ ਧਿਆਨ ਇਸਤਤ ਹੋਣ ਲੱਗਦਾ ਹੈ, ਅਤੇ ਸਮਾਹਤ ਅਵਸਥਾ ਦੀ ਮਸਤੀ ਨਾਲ ਸਰੀਰਕ ਕਰਮ ਵੀ ਆਪਣੇ ਆਪ ਛੁੱਟਣ ਲੱਗ ਜਾਂਦੇ ਹਨ। ਅਤੇ ਫਿਰ ਚਿੱਤ ਆਪ ਇਕਾਂਤ ਵਿੱਚ ਬੈਠ ਕੇ ਧਿਆਨ ਇਸਤਤ ਹੋਣਾ ਜਾਂ ਰਹਿਣਾ ਚਾਹੁੰਦਾ ਹੈ। ਇਸ ਲਈ ਐਸੇ ਯੋਗਾਰੂੜ ਦੇ ਲਈ ਸਮ ਭਾਵ ਸਰੀਰ ਕਰਮਾਂ ਨੂੰ ਛੱਡ ਕੇ ਇਕਾਂਤ ਵਿੱਚ ਬੈਠ ਕੇ ਧਿਆਨ ਇਸਤਤ ਹੋਣਾ ਸਾਧਨ ਕਿਹਾ ਜਾਂਦਾ ਹੈ। ਅਤੇ ਇਹ ਸਾਧਨ ਦੁਆਰਾ ਆਤਮ ਸਾਖਿਆਤਕਾਰ ਦਾ ਲਾਭ ਉਠਾਉਂਦਾ ਹੈ, ਜੋ ਕਰਮ ਯੋਗ ਦਾ ਆਖਰੀ ਫਲ ਹੈ ਅਤੇ ਜੋ ਆਤਮ ਗਿਆਨ ਦਾ ਵੀ ਆਖਰੀ ਨਿਸ਼ਾਨਾ ਜਾਂ ਧੇਯ ਹੈ। ਨਿਸ਼ਾਨਾ ਟਾਰਗੇਟ ਤਾਂ ਇਹ ਹੀ ਹੈ ਨਾ ਕਿ ਪਰਮੇਸ਼ੁਰ ਦੀ ਪ੍ਰਾਪਤੀ ਕਰਨੀ। ਗੀਤਾ ਐਸੇ ਯੋਗੀ ਦਾ ਲੱਛਣ 6ਵੇਂ ਅਧਿਆਅ ਦੇ 4 ਸਲੋਕ ਵਿੱਚ ਇਸ ਤਰ੍ਹਾਂ ਦੱਸਦੀ ਹੈ। ਕਰਮ ਯੋਗ ਦੀ ਇਹੀ ਪਰਾਕਾਸ਼ਟਾ ਹੈ ਕਿ ਸਭ ਸੰਕਲਪਾਂ ਦਾ ਤਿਆਗ ਅਤੇ ਧਿਆਨਾ ਸਥਿਤ ਹੋਵੇ। ਐਸਾ ਯੋਗੀ ਤਪਸਵੀ ਹੈ। ਆਤਮਾ ਅਨਾਤਮਾ ਦਾ ਵਿਵੇਕ ਰੱਖਣ ਵਾਲੇ ਪਰੋਕਸ਼ ਬਾਚਕ ਗਿਆਨੀਆਂ ਤੋਂ ਵੀ ਵੱਡਾ ਹੈ, ਇਹ ਕਰਮਕਾਂਡੀਆਂ ਤੋਂ ਵੀ ਵੱਡਾ ਹੈ। ਇਸ ਲਈ ਹੇ ਅਰਜਨ, ਤੂੰ ਯੋਗੀ ਬਣ, ਉਹਦੇ ਨਾਲ ਜੁੜ। ਇਸ ਤਰ੍ਹਾਂ ਗਿਆਨ, ਕਰਮ, ਭਗਤੀ, ਸੰਨਿਆਸ ਅਤੇ ਧਿਆਨ ਸਭ ਨੂੰ ਮਿਲਾ ਕੇ ਕਰਮਯੋਗ ਕਹਿੰਦੇ ਹਨ। ਹਾਂਜੀ, ਇਹ ਸਾਰੀਆਂ ਚੀਜ਼ਾਂ ਮਿਲਦੀਆਂ ਫਿਰ ਕਰਮਯੋਗ ਬਣਦਾ। ਜੋ ਸਾਧਨ ਸ਼ੁਰੂ ਵਿੱਚ ਮਨੁੱਖ ਮਿਹਨਤ ਨਾਲ ਕਰਦਾ ਹੈ, ਉਸ ਦੇ ਲਗਾਤਾਰ ਕਰਦੇ ਰਹਿਣ ਨਾਲ ਉਹ ਫਿਰ ਉਸਦਾ ਸੁਭਾਅ ਬਣ ਜਾਂਦਾ ਹੈ। ਜੇ ਬੁਰਾ ਕਰੂਗਾ ਤਾਂ ਉਹ ਬੁਰੇ ਸੁਭਾਅ ਬਣ ਜਾਣਗੇ, ਚੰਗਾ ਤਾਂ ਚੰਗੇ। ਕੋਈ ਬਿਰਲਾ ਹੀ ਜੜ ਪਰਤ ਦੇ ਸਮਾਨ ਮਹਾਤਮਾ ਹੁੰਦਾ ਹੈ, ਜੋ ਕਿ ਆਤਮਾ ਸਾਖਿਆਤਕਾਰ ਰੂਪੀ ਪਰਮ ਸ਼ਾਂਤੀ ਪਾਉਣ ਦੇ ਬਾਅਦ ਨਿਸ਼ਚਲ ਅਤੇ ਜੜ ਪਰਤ ਦੇ ਵਾਂਗ ਇੱਕ ਥਾਂ 'ਤੇ ਜੰਮਿਆ ਰਹੇ। ਭਾਵ ਆਮ ਤੌਰ 'ਤੇ ਸਭ ਬ੍ਰਹਮਨਿਸ਼ਠ ਗਿਆਨਵਾਨ ਜਾਂ ਪੂਰਨ ਕਰਮ ਯੋਗੀ ਆਤਮ ਸਾਖਿਆਤਕਾਰ ਦੇ ਬਾਅਦ ਪਹਿਲਾ ਸੁਭਾਅ ਜਾਂ ਅਭਿਆਸ ਦੇ ਕਾਰਨ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਨ, ਪਰ ਇਸ ਨਾਲ ਉਹ ਲਪਾਏ ਮਨ ਨਹੀਂ ਹੁੰਦੇ ਅਤੇ ਨਾ ਹੀ ਬੰਧਨ ਵਿੱਚ ਹੁੰਦੇ ਹਨ, ਕਿਉਂਕਿ ਉਹ ਕਰਮ ਅਤੀਤ ਅਤੇ ਕੰਮ ਅਤੀਤ ਹੁੰਦੇ ਹਨ। ਨਾ ਕੋਈ ਵਿਕਾਰ ਰਹਿੰਦਾ, ਨਾ ਕੋਈ ਪਕੜ ਰਹਿੰਦੀ ਅਤੇ ਇਹਨਾਂ ਦੇ ਕਰਮ ਕਾਮਨਾ ਦੇ ਚਾਬਕ ਨਾਲ ਨਹੀਂ ਹੁੰਦੇ। ਜਿਵੇਂ ਚਾਬਕ ਨਾਲ ਘੋੜਾ ਚੱਲਦਾ ਉਹ ਨਹੀਂ, ਸਗੋਂ ਸੁਭਾਵਕ ਅਤੇ ਲੋਕ ਹਿੱਤ ਦੇ ਲਈ ਆਪਣੇ ਆਪ ਹੁੰਦੇ ਹਨ। ਜੇ ਉਹ ਕਰਦੇ ਆ ਸੋਤੇ ਸਿੱਧੇ ਲੋਕ ਭਲਾਈ ਵਾਸਤੇ ਕਰੀ ਜਾਂਦੇ ਆ, ਪਕੜ ਕੋਈ ਨਹੀਂ। ਗੀਤਾ ਦੇ 4 ਅਧਿਆਏ ਦੇ 42ਵੇਂ ਸਲੋਕ ਵਿੱਚ ਭਗਵਾਨ ਕਹਿੰਦੇ ਹਨ, ਕਰਮ ਯੋਗ ਦੀ ਵਿਧੀ ਨਾਲ ਕਰਮ ਕਰਦੇ ਕਰਦੇ ਸਮਾਹਤ ਅਵਸਥਾ ਦੇ ਹੋਣ 'ਤੇ ਸਰੀਰਕ ਕਰਮ ਆਪਣੇ ਆਪ ਛੁੱਟ ਜਾਂਦੇ ਹਨ ਅਤੇ ਅੰਦਰ ਤੋਂ ਵੀ ਪੂਰਨ ਨਿਸ਼ਕਾਮਤਾ ਪ੍ਰਾਪਤ ਹੋ ਜਾਂਦੀ ਹੈ। ਅਤੇ ਫਿਰ
ਇਸ ਸਮਾਧ ਅਵਸਥਾ ਦੀ ਵੱਧ ਜਾਣ ਦੇ ਕਾਰਨ ਆਤਮ ਸਾਖਿਆਤਕਾਰ ਹੋਣ ਤੇ ਦਿਲ ਦੇ ਸਭ ਸੰਸੇ ਕੱਟੇ ਜਾਂਦੇ ਹਨ ਅਤੇ ਫਿਰ ਆਤਮ ਗਿਆਨੀ ਹੋਇਆ ਸੁਭਾਵਕ ਕਰਮ ਜਾਂ ਲੋਕ ਹਿੱਤ ਕਰਮ ਆਪਣੇ ਆਪ ਕਰਦਾ ਹੋਇਆ ਵੀ ਉਹਨਾਂ ਨਾਲ ਜ਼ਰਾ ਵੀ ਲਪਾਏਮਾਨ ਜਾਂ ਬੰਧਾਏਮਾਨ ਨਹੀਂ ਹੁੰਦਾ। ਇਸ ਲਈ ਹੇ ਅਰਜਨ ਤੂੰ ਯੋਗੀ ਬਣ। ਇਸ ਤਰ੍ਹਾਂ ਗੀਤਾ ਕਰਮ ਮਾਰਗ, ਗਿਆਨ ਮਾਰਗ, ਧਿਆਨ ਮਾਰਗ ਅਤੇ ਭਗਤੀ ਮਾਰਗ ਦਾ ਅਪੂਰਵ ਮੈਨੇ ਵਿਲੱਖਣ ਰੀਤ ਨਾਲ ਮਿਲਾਪ ਸਮਨਵੇ ਕਰਦੀ ਹੈ। ਇਹਦੇ ਵਾਸਤੇ ਸਾਰਾ ਕਥਨ ਕਰਦੀ ਹੈ ਕਰਮ ਯੋਗ ਦੀ ਪੌੜੀ। ਇਹ ਇੱਕ ਅਟਲ ਨਿਯਮ ਹੈ ਕਿ ਜਿਸ ਅਵਸਥਾ ਦੇ ਪਾਰ ਜਾਣਾ ਹੋਵੇ ਪਹਿਲਾਂ ਉਸ ਅਵਸਥਾ ਦੇ ਵਿੱਚੋਂ ਲੰਘੇ ਬਿਨਾਂ ਉਹ ਅਵਸਥਾ ਪਾਰ ਨਹੀਂ ਕੀਤੀ ਜਾ ਸਕਦੀ। ਕਰਮਯੋਗ ਸਾਧਨ ਦੀਆਂ ਗੀਤਾ ਵਿੱਚ 5 ਪੌੜੀਆਂ ਦੱਸੀਆਂ ਗਈਆਂ ਜੋ ਹੇਠ ਲਿਖੇ ਅਨੁਸਾਰ ਹਨ। ਹੁਣ ਜੇ ਇਹਨੇ PhD ਕਰਨੀ ਆ ਪਹਿਲਾਂ ਉਡੇੜ ਤੋਂ ਸ਼ੁਰੂ ਕਰਨਾ ਹੀ ਪਊਗਾ ਨਾ, ਸਾਰੀਆਂ ਕਲਾਸਾਂ ਲੰਘ ਕੇ PhD ਆਊਗਾ, ਸਿੱਧਾ ਹੀ ਛੜੱਪਾ ਮਾਰ ਕੇ ਚੱਲ ਜਾਊਗਾ। ਇਸ ਤਰ੍ਹਾਂ ਕਰਮ ਆ, ਪਾਸ਼ਨਾ ਆ, ਗਿਆਨ ਆ, ਇਹ ਪੌੜੀਆਂ ਆ, ਫਿਰ ਜਾ ਕੇ ਜਿਹੜੀ ਅਵਸਥਾ ਅੱਗੇ ਮਿਲਦੀ। ਪਹਿਲਾ ਕਰਮਯੋਗ ਦੀ ਪਹਿਲੀ ਪੌੜੀ ਤਾਂ ਸਕਾਮ ਕਰਮ ਆ। ਪਹਿਲਾਂ ਬੰਦਾ ਦਾ ਮਾੜੇ ਪਾਸੇ ਲੱਗਾ ਨਾ, ਫਿਰ ਸ਼ੁੱਭ ਕਰਮ ਕਰੂਗਾ, ਹਾਂਜੀ ਮੈਂ ਤੰਦਰੁਸਤ ਹੋ ਜਾਂ, ਹਾਂਜੀ ਮੇਰਾ ਮਨ ਟਿਕਿਆ ਰਿਹਾ ਕੋਈ, ਹਾਂਜੀ ਫਿਰ ਹੌਲੀ ਹੌਲੀ ਨਿਸ਼ਕਾਮ ਹੋ ਜਾਂਦਾ ਹੈ। ਬਾਲਕ ਜਦੋਂ ਵੱਡਾ ਹੁੰਦਾ ਹੈ ਤਾਂ ਉਸ ਵਿੱਚ ਸਵਾਰਥ ਕਾਮਨਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸੇ ਸਵਾਰਥ ਕਾਮਨਾ ਦੇ ਵਾਸੂ ਕਰਮ ਵਿੱਚ ਲੱਗਦਾ ਹੈ। ਜੈਸੇ ਬਾਲ ਬੁੱਧੀ ਮਨੁੱਖ ਜਦੋਂ ਸਵਾਰਥ ਕਾਮਨਾ ਦੇ ਚਾਵਕ ਨਾਲ ਕਰਮ ਕਰਨ ਦਾ ਗਿਆਨਵਾਨ ਮਨੁੱਖ ਉਸ ਨੂੰ ਸਕਾਮ ਕਰਨ ਤੋਂ ਨਾ ਰੋਕੇ ਅਤੇ ਨਾ ਹੀ ਉਹਨਾਂ ਵਿੱਚ ਸਕਾਮ ਅਤੇ ਨਿਸ਼ਕਾਮ ਦੇ ਬਾਰੇ ਵਿੱਚ ਭੇਦ ਬੁੱਧੀ ਹੀ ਪੈਦਾ ਕਰੇ। ਕਹਿੰਦੇ ਉਹਨੂੰ ਲਾਉਣਾ ਚਾਹੀਦਾ, ਉਹਨੂੰ ਪਹਿਲਾਂ ਨਾ ਲੱਭੈ ਵੀ ਉਹ ਛੱਡ ਕੇ ਬਹਿ ਜਾ, ਬਲਕਿ ਜਿਸ ਕਰਮ ਨੂੰ ਉਹ ਸਵਾਰਥ ਬੁੱਧੀ ਨਾਲ ਕਰੇ, ਹਾਂਜੀ ਕਿਉਂਕਿ ਨਾ ਤਾਂ ਉਹਨਾਂ ਵਿੱਚ ਸਕਾਮ ਅਤੇ ਨਿਸ਼ਕਾਮ ਦੇ ਬਾਰੇ ਵਿੱਚ ਭੇਦ ਬੁੱਧੀ ਪੈਦਾ ਕਰੇ, ਬਲਕਿ ਜਿਸ ਕਰਮ ਨੂੰ ਉਹ ਹਾਂਜੀ ਸਵਾਰਥ ਬੁੱਧੀ ਨਾਲ ਕਰੇ, ਵਿਵੇਕੀ ਪੁਰਖ ਨੂੰ ਨਿਰਾਸਕਤ ਬੁੱਧੀ ਨਾਲ ਕਰੇ ਤਾਂ ਕਿ ਲੋਕ ਪਹਿਲਾਂ ਤੋਂ ਵੀ ਵੱਧ ਕਰਮ ਵਿੱਚ ਲੱਗਣ। ਜੇ ਕੋਈ ਕਰਦਾ ਉਹਨੂੰ ਹਾਂਜੀ ਉਤਸ਼ਾਹ ਦੇਵੇ, ਛਡਾਵੇ ਨਾ, ਇਹ ਨਾ ਵੀ ਬਿਲਕੁਲ ਹੀ ਛੱਡ ਕੇ ਬਹਿ ਜਾ। ਇਹ ਕਰਮਯੋਗ ਹੀ ਦੀ ਨਿਯਮ ਰਹਿਤ ਅਵਸਥਾ ਹੈ ਅਤੇ ਇਸ ਨਾਲ ਜਨਮ ਮਰਨ ਬੰਧਨ ਨਹੀਂ ਛੁੱਟਦਾ। ਦੂਸਰੀ ਪੌੜੀ ਆਤਮਾ ਵਿਵੇਕ ਹੈ। ਸਾਧਕ ਇਹ ਖਿਆਲ ਕਰੇ ਕਿ ਮੈਂ ਸਰੀਰ ਨਹੀਂ ਹਾਂ, ਆਤਮਾ ਹਾਂ, ਸਰੀਰ ਦੇ ਨਾਸ ਨਾਲ ਮੇਰਾ ਨਾਸ ਨਹੀਂ ਹੁੰਦਾ। ਇਸ ਲਈ ਜਦ ਸਾਧਕ ਦੇਹ ਨਹੀਂ ਤਾਂ ਉਸਨੂੰ ਦੇਹ ਵਿੱਚ ਜਾਂ ਸਵਾਰਥ ਦੇ ਕੰਮਾਂ ਵਿੱਚ ਆਸਕਤੀ ਪ੍ਰਗਟ ਨਹੀਂ ਹੋਣੀ ਚਾਹੀਦੀ। ਜਦ ਉਹ ਸਭ ਦਾ ਆਤਮਾ ਹੈ ਅਤੇ ਸਭ ਵਿੱਚ ਵਿਆਪਕ ਹੈ ਤਾਂ ਸਭ ਦਾ ਕਲਿਆਣ ਕਰਨਾ ਉਸਦਾ ਕਰਤੱਵ ਹੋਣਾ ਚਾਹੀਦਾ ਹੈ, ਨਾ ਕਿ ਇੱਕ ਦਾ ਕਲਿਆਣ ਕਰਨਾ। ਹਾਂਜੀ ਉਹਨਾਂ ਕਹੀ ਕਹਿਣਗੇ ਬੱਬੇ ਸਾਡੇ ਪਰਿਵਾਰ ਦਾ ਖਿਆਲ ਰੱਖਿਓ। ਮੈਂ ਕਿਹਾ ਵੀ ਬਾਕੀ ਸੰਸਾਰ ਇਹ ਨਹੀਂ, ਸਾਡੇ ਲਈ ਤਾਂ ਸਾਰਾ ਸੰਸਾਰ ਹੀ ਇੱਕ ਪਰਿਵਾਰ ਆ। ਇਸ ਲਈ ਸਾਡੇ 3 ਹੱਥ ਦੀ ਦੇਹ ਦੀ ਕਲਿਆਣ ਦੀ ਇੱਛਾ ਨਾਲ ਕੋਈ ਕਰਮ ਕਰਨਾ ਆਪਣੇ ਆਪ 'ਤੇ ਅਤੇ ਆਪਣੇ ਵਿਚਾਰ ਤੋਂ ਕੁਹਾੜਾ ਮਾਰਨਾ ਹੈ, ਭਾਵ ਆਤਮ ਹੱਤਿਆ ਦੇ ਬਰਾਬਰ ਹੈ। ਇਸ ਲਈ ਇੱਕ ਹੀ ਦੇਹ ਦੇ ਕਲਿਆਣ ਦੀ ਕਾਮਨਾ ਦਾ ਘੋੜਾ ਬਣ ਕੇ ਕਾਮਨਾ ਕਰੇ। ਜਿੰਨਾ ਸੰਸਾਰ ਹੈ ਉਹ ਹੀ ਆ, ਆਪਣਾ ਜਾਂ ਆਪਣੇ ਪਰਿਵਾਰ ਦੀਆਂ ਦੇਹਾਂ ਦਾ ਘੋੜਾ ਬਣਿਆ, ਉਹਨਾਂ ਲਈ ਦਿਨ ਰਾਤ ਮਜ਼ਦੂਰੀ ਕਰਦਾ। ਜਿਹੜੇ ਗੁਰਮੁਖ ਆ ਸਾਰੇ ਵਿਸ਼ਵ ਦੇ ਭਲੇ ਲਈ ਕਰਦੇ ਆ, ਸਗੋਂ ਆਪਣਾ
ਆਪ ਸਭ ਸਰੀਰਾਂ ਵਿੱਚ ਸਮਝਦੇ ਹੋਏ ਸਭ ਦਾ ਕਲਿਆਣ ਹੀ ਆਪਣਾ ਕਲਿਆਣ ਸਮਝੇ। ਤੀਜਾ, ਤੀਸਰੀ ਹਾਂਜੀ ਪੀੜੀ ਜਿਹੜੀ ਹੈ ਹਾਂਜੀ ਉੱਪਰ ਕਹਿ ਵਿਵੇਕ ਦੇ ਅਨੁਸਾਰ ਕਰਮ ਕਰਨ ਦੀ ਹੈ। ਤੀਜੀ ਜਿਹੜੀ ਪੀੜੀ ਕਹਿ ਦਿਓ ਜਾਂ ਪੌੜੀ ਕਹਿ ਦਿਓ ਹਾਂਜੀ, ਜੇਕਰ ਇਸ ਵਿਵੇਕ ਦੇ 'ਤੇ ਅਮਲ ਨਾ ਕੀਤਾ ਜਾਏ ਤਾਂ ਇਹ ਵਿਵੇਕ ਇੱਕ ਬੋਝ ਹੀ ਹੈ। ਇਸ ਲਈ ਮਨੁੱਖ ਦਾ ਫਰਜ਼ ਹੋ ਜਾਂਦਾ ਹੈ ਕਿ ਇੱਕ ਦੇਹ ਤੋਂ ਕਲਿਆਣ ਦੀ ਭਾਵਨਾ ਨੂੰ ਛੱਡ ਕੇ ਹਾਂਜੀ ਆਪਣੇ ਆਪ ਨੂੰ ਸਭ ਵਿੱਚ ਵਿਆਪਕ ਸਮਝਦਾ ਹੋਇਆ ਸਭ ਪ੍ਰਾਣੀਆਂ ਦੇ ਕਲਿਆਣ ਦੀ ਭਾਵਨਾ ਨਾਲ ਕਰਮ ਕਰੇ। ਭਾਵ ਲਾਭ ਹਾਨੀ ਜਿੱਤ ਹਾਰ ਸੁੱਖ ਦੁੱਖ ਨਿੰਦਾ ਉਸਤੀ ਵਿੱਚ ਸੰਭਾਵ ਰਹਿ ਕੇ ਹੰਕਾਰ ਤੋਂ ਰਹਿਤ ਹੋ ਕੇ ਨਿਸ਼ਕਾਮ ਕਰਮ ਕਰੇ। ਇਹ ਵਾਸਤਾ ਕਰਮਯੋਗ ਸਾਧਨ ਦੇ ਨਿਯਮਾਂ ਵਿੱਚੋਂ ਗੁਜ਼ਰਨਾ ਹੈ। ਇਸ ਨਿਯਮ ਨੂੰ ਪੂਰਨ ਅਵਸਥਾ ਕਹਿੰਦੇ ਹਨ। ਚੌਥੀ ਹੈ, ਚੌਥੀ ਅਵਸਥਾ ਈਸ਼ਵਰ ਪਰਾਇਣ ਬੁੱਧੀ ਨਾਲ ਸਾਰੇ ਕਰਮ ਕਰਨ ਦੀ ਹੈ ਭਾਵਨਾ। ਸਾਰੇ ਕਰਮ ਈਸ਼ਵਰ ਅਰਪਣ ਕਰ ਦੇਵੇ ਹਾਂਜੀ, ਜਿੰਨੇ ਵੀ ਕਰਮ ਆ ਉਹਦੇ ਅਰਪਣ ਕਰ ਦੇਵੇ। ਇਸ ਨਾਲ ਕਰਤਾਪਨ ਅਤੇ ਸਵਾਰਥ ਬੁੱਧੀ ਪੂਰੀ ਤਰ੍ਹਾਂ ਦੂਰ ਹੋ ਜਾਂਦੀ ਹੈ। ਇਸ ਨਾਲ ਅੰਤਕਰਨ ਨਿਰਮਲ ਹੋ ਕੇ ਸਮਾਹਤ ਇਕਾਗਰ ਹੋ ਜਾਂਦਾ ਹੈ, ਜਿਸ ਨਾਲ ਫਿਰ ਆਤਮ ਦਰਸ਼ਨ ਦਾ ਲਾਭ ਹੁੰਦਾ ਹੈ। ਗੀਤਾ ਕਹਿੰਦੀ ਹੈ ਕਿ ਤੂੰ ਮੇਰੇ ਵਿੱਚ ਮਨ ਲਗਾ, ਮੇਰਾ ਭਜਨ ਕਰ, ਤੂੰ ਜੋ ਵੀ ਕਰਮ ਕਰੇ ਮੇਰੇ ਅਰਪਣ ਕਰ, ਇਸ ਨਾਲ ਤੂੰ ਮੈਨੂੰ ਹੀ ਪ੍ਰਾਪਤ ਹੋਵੇਗਾ। ਇਹ ਪੌੜੀ ਵੀ ਕਰਮਯੋਗ ਦੇ ਨਿਯਮਾਂ ਤੋਂ ਗੁਜ਼ਰਨ ਲਈ ਹੈ। ਪੰਜਵੀਂ ਪੌੜੀ ਉਕਤ ਵਿਧੀ ਨਾਲ ਕਰਮ ਵਿੱਚ ਲੱਗੇ ਹੋਏ ਨਿਸ਼ਕਰਮਤਾ ਦੇ ਪ੍ਰਾਪਤ ਹੋਣ 'ਤੇ ਧਿਆਨ ਵਿੱਚ ਸਥਿਤ ਹੋਣ ਦੀ ਹੈ। ਜਦੋਂ ਨਿਸ਼ਕਾਮ ਭਾਵ ਜਾਂ ਈਸ਼ਵਰ ਅਰਪਣ ਬੁੱਧੀ ਕਰਦੇ ਕਰਦੇ ਬੁੱਧੀ ਨਿਰਮਲ ਹੋ ਜਾਂਦੀ ਹੈ ਤਾਂ ਚਿੱਤ ਸ਼ਾਂਤ ਅਤੇ ਸਮਾਹਤ ਹੋਣ ਲੱਗ ਜਾਂਦਾ ਹੈ। ਫਿਰ ਇਹ ਸਮਾਹਤ ਅਵਸਥਾ ਦੇ ਵੱਧ ਜਾਣ ਨਾਲ ਸਰੀਰਕ ਕਰਮ ਆਪਣੇ ਆਪ ਛੁੱਟ ਜਾਂਦੇ ਹਨ। ਇਸ ਨੂੰ ਕਰਮ ਸੰਨਿਆਸ ਅਵਸਥਾ ਕਹਿੰਦੇ ਹਨ। ਉਸ ਸਮੇਂ ਚਿੱਤ ਆਪਣੇ ਆਪ ਇਕਾਂਤ ਵਿੱਚ ਸਥਿਰ ਹੋ ਕੇ ਧਿਆਨ ਇਸਤਤ ਹੁੰਦਾ ਹੋਇਆ ਆਤਮ ਚਿੰਤਨ ਵਿੱਚ ਨਿਰੰਤਰ ਲੱਗਾ ਰਹਿੰਦਾ ਹੈ ਅਤੇ ਇਹ ਅਵਸਥਾ ਦ੍ਰਿੜ ਹੋਣ 'ਤੇ ਆਤਮ ਦਰਸ਼ਨ ਦਾ ਲਾਭ ਹੁੰਦਾ ਹੈ। ਐਸੇ ਯੋਗੀ ਦੇ ਲਈ ਗੀਤਾ ਇਹ ਉਪਦੇਸ਼ ਕਰਦੀ ਹੈ ਕਿ ਇਕਾਂਤ ਸਥਾਨ 'ਤੇ ਬੈਠ ਕੇ ਆਸਾ ਮਮਤਾ ਤੋਂ ਰਹਿਤ ਹੋ ਕੇ ਕਰਮ ਯੋਗੀ ਆਤਮ ਧਿਆਨ ਵਿੱਚ ਆਪਣੇ ਆਪ ਨੂੰ ਲਗਾ ਦਿਓ। ਇਹ ਅਵਸਥਾ ਕਰਮਯੋਗ ਸਾਧਨ ਦੀ ਪਰਾਕਾਸ਼ਠਾ ਹੈ। ਫਿਰ ਇਹੀ ਅੰਤਰ ਮਜਲਿਆ ਨਾ ਅਤੇ ਸਾਧਕ ਪੂਰਨ ਕਰਮਯੋਗੀ ਬਣ ਜਾਂਦਾ ਹੈ। ਇਸ ਲਈ ਧਿਆਨ ਸਥਿਤ ਹੋ ਕੇ ਆਤਮ ਸਾਖਿਆਤ ਕਰਨਾ ਇਹ ਪੰਜਵੀਂ ਅਵਸਥਾ ਕਰਮਯੋਗ ਸਾਧਨ ਦੀ ਹੈ। ਇਹ ਕਰਮਯੋਗ ਸਾਧਨ ਦੇ ਸਭ ਨਿਯਮਾਂ ਨੂੰ ਪਾਰ ਕਰ ਜਾਣ ਦੀ ਹੈ, ਜਿਸ ਨਾਲ ਇਹ ਕਰਮਯੋਗ ਦੇ ਨਿਯਮਾਂ ਨਾਲ ਅਤੀਤ ਅਵਸਥਾ ਕਹਾਉਂਦੀ ਨਿਰਲੇਪ ਹੋ ਜਾਂਦਾ ਹੈ। ਇਸ ਅਵਸਥਾ ਨੂੰ ਪ੍ਰਾਪਤ ਹੋਣ ਤੋਂ ਬਾਅਦ ਮਨੁੱਖ ਦੇ ਲਈ ਕਾਰਜ ਅਕਾਰਜ ਰੂਪ ਨਾਲ ਕੁਝ ਕਰਨਾ ਨਹੀਂ ਰਹਿੰਦਾ ਅਤੇ ਨਾ ਉਹ ਕਰਮ ਨਾਲ ਲਪਾਏਮਾਨ ਜਾਂ ਵਧਾਏਮਾਨ ਹੀ ਹੁੰਦਾ ਹੈ। ਕਰਮਯੋਗ ਸਾਧਨ ਦੇ ਇਹਨਾਂ ਪੰਜਾਂ ਅੰਗਾਂ ਤੋਂ ਦ੍ਰਿਸ਼ਟੀ ਪਾਉਣ ਨਾਲ ਇਹ ਸਾਫ਼ ਜ਼ਾਹਰ ਹੈ ਕਿ ਕਰਮਯੋਗ ਸਾਧਨ ਵਿੱਚ ਪਹਿਲਾਂ ਸਾਧਨ ਨਿਸ਼ਕਾਮ ਚਿੱਤ ਨਾਲ ਫਲਾਸਾ ਤਿਆਗ ਕੇ ਕਰਮ ਕਰਨ ਦਾ ਹੈ। ਇਹੀ ਬਾਕੀ ਸਭ ਅੰਗਾਂ ਦੀ ਆਧਾਰਸ਼ਿਲਾ ਹੈ। ਇਸੇ ਆਸਰੇ ਸਾਰੇ ਅੰਗ ਦੂਏ ਤੁਰਦੇ ਅਤੇ ਆਤਮ ਦਰਸ਼ਨ ਦੀ ਪਹਿਲੀ ਪੌੜੀ ਹੈ। ਬਿਨਾਂ ਇਸ ਦੇ ਨਾ ਤਾਂ ਆਤਮ ਵਿਵੇਕ ਦਾ ਹੀ ਕੋਈ ਲਾਭ ਹੁੰਦਾ ਹੈ ਅਤੇ ਨਾ ਹੀ ਚਿੱਤ ਸ਼ੁੱਧੀ ਸ਼ਾਂਤ ਅਤੇ ਸਮਾਪਤ ਹੋ ਪਾਉਂਦਾ ਹੈ।
ਅਤੇ ਬਿਨਾਂ ਸ਼ਾਂਤ ਸੁੱਧ ਅਤੇ ਧਿਆਨ ਅਸਤਤ ਚਿੱਤ ਹੋਏ ਆਤਮ ਸਾਖਿਆਤ ਕਰ ਨਹੀਂ ਪਾਉਂਦਾ। ਇਸ ਲਈ ਗੀਤਾ ਕਹਿੰਦੀ ਹੈ ਕਿ ਅਭਿਆਸ ਬਿਨਾਂ ਵਿਚਾਰ ਜਾਂ ਵਿਵੇਕ ਦੇ ਕਿਸੇ ਸਾਧਨ ਦਾ ਅਭਿਮਾਨ ਅਭਿਆਸ ਹਾਂਜੀ ਕਿਸੇ ਸਾਧਨ ਦਾ ਅਭਿਆਸ ਨਾਲੋਂ ਪਰੋਕਸ਼ ਗਿਆਨ ਚੰਗਾ ਹੈ, ਪਰੋਕਸ਼ ਗਿਆਨ ਨਾਲੋਂ ਧਿਆਨ ਚੰਗਾ ਹੈ ਅਤੇ ਧਿਆਨ ਨਾਲੋਂ ਕਰਮ ਫਲ ਦਾ ਤਿਆਗ ਚੰਗਾ ਹੈ, ਕਿਉਂਕਿ ਜਦੋਂ ਤੱਕ ਫਲ ਆਸ਼ਾ ਦਾ ਤਿਆਗ ਨਾ ਕੀਤਾ ਜਾਵੇ ਤਦ ਤੱਕ ਧਿਆਨ ਵਿੱਚ ਚਿੱਤ ਸਥਿਰ ਨਹੀਂ ਹੁੰਦਾ ਅਤੇ ਫਲ ਆਸ਼ਾ ਤਿਆਗ ਕੇ ਬਾਅਦ ਜਲਦੀ ਹੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਿਉਂਕਿ ਹੁਣ ਭਜਨ ਕਰਦਾ ਜਦੋਂ ਵੀ ਕਿਸੇ ਚੀਜ਼ ਦਾ ਫੁਰਨਾ ਆ ਗਿਆ ਬਿਰਤੀ ਉੱਥੇ ਰੁਕ ਜਾਣੀ ਹੈ, ਗਾਂਹ ਤੁਰਨੀ ਨਹੀਂ, ਕਿਉਂਕਿ ਫਲ ਆਸਾ ਤਿਆਗ ਨਾਲ ਹੀ ਚਿੱਤ ਨਿਰਮਲ ਹੋ ਕੇ ਧਿਆਨ ਵਿੱਚ ਲੱਗਦਾ ਹੈ ਅਤੇ ਕਰਮਾਂ ਦਾ ਨਾਸ ਹੁੰਦਾ ਹੈ, ਜਿਸ ਨਾਲ ਆਤਮ ਸਾਖਿਆਤਕਾਰ ਹੁੰਦਾ ਹੈ ਅਤੇ ਜਦੋਂ ਪਰਮ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਮੁਕਤੀ ਮਿਲ ਜਾਂਦੀ ਹੈ ਅਤੇ ਮਨੁੱਖ ਜਨਮ ਮਰਨ ਦੇ ਬੰਧਨ ਤੋਂ ਸਦਾ ਲਈ ਮੁਕਤ ਹੋ ਕੇ ਪੂਰਨ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ। ਜਿਵੇਂ ਨਦੀਆਂ ਸਮੁੰਦਰ 'ਚ ਮਿਲ ਕੇ ਆਪਣਾ ਰੂਪ ਗਵਾ ਦਿੰਦੀਆਂ, ਇਸੇ ਤਰ੍ਹਾਂ ਉਹ ਪਰਮਾਤਮਾ 'ਚ ਮਿਲ ਕੇ ਅਤੇ ਉਸੇ ਦਾ ਰੂਪ ਹੋ ਜਾਂਦਾ, ਇਹਦੀ ਆਪਣੀ ਹੋਂਦ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਹੁਣ ਅੱਗੇ ਕਰਮ ਯੋਗ, ਭਗਤੀ ਯੋਗ, ਗਿਆਨ ਯੋਗ ਦੀ ਏਕਤਾ ਕਰਕੇ ਦੱਸਣਗੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆਪਸ ਵਿੱਚ ਇਹਨਾਂ ਦੀ ਸੰਗਲੀ ਜਿਹੜੀ ਹੈ ਇੱਕ ਦੂਜੇ ਨਾਲ ਜੁੜੀ ਹੋਈ ਹੈ। ਹਾਂਜੀ ਨਿਸ਼ਕਾਮ ਕਰਮ ਆ, ਫਿਰ ਇਸੇ ਤਰ੍ਹਾਂ ਉਪਾਸ਼ਨਾ ਕਾਂਡ ਆ, ਗਿਆਨ ਕਾਂਡ ਆ, ਉਹ ਤੋਂ ਬਾਅਦ ਇਹ ਮੁਕਤੀ ਦਾ ਜਿਹੜਾ ਹੈਗਾ ਇਹ ਸਾਰਾ ਹੈਗਾ। ਹੁਣ ਅਗਲੇ ਪ੍ਰਕਰਨ ਵਿੱਚ ਅਸੀਂ ਕਰਮ ਯੋਗ ਅਤੇ ਭਗਤੀ ਯੋਗ ਅਤੇ ਗਿਆਨ ਯੋਗ ਦੀ ਏਕਤਾ ਦੇ ਸੰਬੰਧ ਵਿੱਚ ਇਹ ਸਾਰੀ ਜਿਹੜੀ ਵਿਚਾਰ ਆ ਕਰਾਂਗੇ, ਕਿਉਂਕਿ ਇਹਦੇ 'ਚ ਬਾਣੀ ਪੁਰਾਣੇ ਸ਼ਾਸਤਰਾਂ ਦੇ ਅਤੇ ਜਿਹੜੇ ਮਹਾਤਮਾ ਉਹਨਾਂ ਦੇ ਤਜਰਬਿਆਂ ਦੇ ਜਿਹੜੇ ਹਾਂਜੀ ਸਾਰ ਹੈਗੇ ਆ ਉਹ ਦੱਸੇ ਆ ਕਿ ਕਿਹਨੂੰ ਕਿਹੜੀ ਚੀਜ਼ ਫਿੱਟ ਆਉਂਦੀ ਹੈ, ਉਹ ਸਾਧਨ ਕਰੇਗਾ ਉਹਨੂੰ ਉਹਦੇ ਵਿੱਚ ਫਿਰ ਲਾਭ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਕਹਿੰਦੇ ਇਹਨਾਂ 100 ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੇ। ਸਿਆਣਿਆਂ ਦੀ ਤਾਂ ਇੱਕੋ ਹੀ ਮਤ ਹੁੰਦੀ ਹੈ, ਮੂਰਖਾਂ ਦੀ ਆਪੋ ਆਪਣੇ ਅਗਲੀ ਘੋੜੇ ਦੜਾਉਂਦੇ ਆ, ਚਾਹੇ ਮਹਾਂਪੁਰਖ ਉਹ ਸਤਿਯੁਗ 'ਚ ਹੋਏ ਆ, ਤ੍ਰੇਤੇ 'ਚ ਹੋਏ ਆ, ਦੁਆਪਰ 'ਚ ਹੋਏ ਆ ਜਾਂ ਕਲਯੁਗ 'ਚ ਆ, ਜਿੰਨੇ ਵੀ ਮਹਾਨ ਪੁਰਸ਼ ਹੈ ਉਹਨਾਂ ਦੀ ਵਿਚਾਰਧਾਰਾ ਹਮੇਸ਼ਾ ਇੱਕੋ ਹੀ ਰਹਿੰਦੀ ਹੈ। ਸੋ ਇਹ ਹੁਣ ਅਗਲੇ ਪ੍ਰਕਰਨ ਅਗਲੇ ਸਮੇਂ ਵਿੱਚ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।